ਲੋਕ ਤਾਂ ਬਾਈ ਇਹ ਵੀ ਸਵਾਲ ਕਰਦੇ ਆ ਵੀ ਜਦੋਂ ਲੜਾਈ ਅਜੇ ਬਾਕੀ ਸੀਗੀ ਦਿੱਲੀ ਤੋਂ ਆਉਣ ਦੀ ਕੀ ਲੋੜ ਸੀਗੀ, ਲੀਡਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ ਵੀ ਇਹ ਤਾਂ ਸਾਡੇ ਬੰਦੇ ਹੀ ਨਹੀਂ, ਫਿਰ ਉਹ ਕਹਿੰਦੇ ਅਸੀਂ ਅਜਿਹੇ ਲੀਡਰਾਂ ਦੀ ਗੱਲ ਕਿਉਂ ਮੰਨੀਏ। ਵੀ ਤੁਹਾਨੂੰ 10 ਸਾਲ ਜਿਉਂਦਿਆਂ 'ਚ ਹੋਰ ਕਰ ਗਿਆ ਉਹ ਮੋਰਚਾ, ਇੰਨਾ ਥੋੜ੍ਹਾ। ਉਹ ਸਾਰੀਆਂ ਗੱਲਾਂ ਭੁੱਲ ਭੁਲਾ ਕੇ ਨਵੇਂ ਸਿਰੋਂ ਦੁਬਾਰਾ ਇੱਕ ਲਹਿਰ ਖੜੀ ਕਰਕੇ ਦੁਬਾਰਾ ਫਿਰ ਦਿੱਲੀ ਦੇ ਜਾ ਕੇ ਧੌਣ 'ਤੇ ਗੋਡਾ ਰੱਖਣਾ ਪੈਣਾ। ਪਾਸੇ ਤਾਂ ਕਹਿੰਦੇ ਵੀ ਆਪਣੇ ਪ੍ਰਾਈਵੇਟ ਧੰਦੇ ਅਪਣਾਓ, ਅਤੇ ਹੁਣ ਅਸੀਂ ਪ੍ਰਾਈਵੇਟ ਧੰਦਿਆਂ ਵਿੱਚ ਪਏ ਹੋਏ ਹਾਂ। ਹੁਣ ਇਹ ਕੋਪਰੇਟ ਘਰਾਣੇ ਦੀਆਂ ਕੰਪਨੀਆਂ ਨੇ ਜਿੰਨੀਆਂ ਵੀ ਅਸੀਂ ਇੰਟੀਗ੍ਰੇਸ਼ਨ ਕਰਕੇ ਮੁਰਗਾ ਪਾਲ ਰਹੇ ਹਾਂ, ਪਰ ਉਹ ਕੰਪਨੀਆਂ ਹੁਣ ਸਾਨੂੰ ਦਿਨੋ ਦਿਨ ਦਬਾ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਲਾਤ ਨਾ ਅਸੀਂ ਲੋਕ ਇਕੱਠੇ ਹੋਏ ਤਾਂ ਹਾਲਾਤ ਇੰਨੇ ਮਾੜੇ ਹੋ ਜਾਣੇ ਆ ਕਿ ਸਾਡੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਣੇ ਆ। ਜਿਵੇਂ ਆਪਾਂ ਕਹਿੰਦੇ ਬਿਆਨਤਾ ਬੁੱਚੜ ਸੀ, ਜਿਵੇਂ ਆਪਾਂ ਕਹਿੰਦੇ ਬਾਦਲਾਂ ਨੇ ਘਾਣ ਕੀਤਾ ਸਿੱਖੀ ਦਾ, ਨੌਜਵਾਨੀ ਦਾ, ਜਾਂ ਹੋਰ ਸਾਰੇ ਮਸਲਿਆਂ ਨੂੰ ਲੈ ਕੇ, ਪੰਜਾਬ ਦੇ ਹੱਕਾਂ ਨੂੰ ਲੈ ਕੇ, ਇਹ ਉਦੋਂ ਵੀ ਗਾਹਾਂ ਟੱਪ ਗਏ। ਬੰਦੇ ਦੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ, ਹਰ ਬੰਦੇ ਨੂੰ ਇਹ ਦਬਾਉਣ ਨੂੰ, ਜਿਹੜੇ ਬੰਦੇ ਉੱਥੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਸਾਰੇ ਬੰਦਿਆਂ ਨੂੰ ਚੱਕ ਕੇ ਜੇਲ੍ਹਾਂ ਸਿੱਟਣ ਨੂੰ ਫਿਰਦੇ ਆ ਜਾਂ ਮਰਵਾਉਣ ਦੀ ਕੋਸ਼ਿਸ਼ ਹੋ ਰਹੀ ਆ, ਇਹ ਚੱਲ ਰਿਹਾ ਪੰਜਾਬ ਦੇ ਅੰਦਰ। ਵਾਰੀ ਸਭ ਦੀ ਆਉਣੀ ਹੈ, ਇਕੱਲਾ ਇਕੱਲਾ ਬੰਦਾ ਕੱਢ ਕੇ ਇਹ ਇਕੱਲੇ ਇਕੱਲੇ ਬੰਦੇ ਦਾ ਨਾ ਇਹਨਾਂ ਨੇ ਛਤਰ ਫੇਰਿਆ, ਇਕੱਲੇ ਇਕੱਲੇ ਬੰਦੇ ਨੂੰ ਨਾ ਜਲੀਲ ਕੀਤਾ, ਨਾ ਜੇਲ੍ਹਾਂ ਸਿੱਟਿਆ, ਨਾ ਤੁਹਾਡੇ ਸਾਰਾ ਕਾਰੋਬਾਰ ਤਬਾਹ ਕੀਤਾ, ਜ਼ਮੀਨਾਂ ਤੁਹਾਡੀਆਂ ਖੋਹੀਆਂ, ਤਾਂ ਮੈਨੂੰ ਕਿਹੋ ਨਹੀਂ ਕਿਹੋ ਨਾ, ਜੇ ਇਕੱਠੇ ਹੋ ਜਾਓਗੇ ਤਾਂ ਬਚਦਾ। ਤਾਂ ਸਿੱਖਾਂ ਦੀ ਵਾਰ ਨੂੰ ਇਸ ਤਰ੍ਹਾਂ ਕਿਉਂ? ਹਾਲਾਂਕਿ ਭਗਵੰਤ ਸਿੰਘ ਤਾਂ ਇਹ ਕਹਿੰਦੇ ਵੀ ਮੈਂ ਪੰਜਾਬ ਦਾ ਪੁੱਤ ਆ, ਪੱਗ ਵੀ ਬੰਨ੍ਹਦੇ ਸਿਰ ਦੇ ਉੱਤੇ। ਕਿੱਥੇ ਆ ਰਾਜੇ ਬੜੈਂਗਰ ਗਏ? ਤੁਹਾਡਾ ਐਡਾ ਵੱਡਾ ਕਾਡਰ ਆ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ, ਚਾਹੇ ਹਰ ਹਲਕੇ ਦੇ ਵਿੱਚੋਂ 5-5, 7-7 ਹਜ਼ਾਰ ਬੰਦਾ ਕੱਢ ਕੇ ਵੀ ਸੜਕਾਂ 'ਤੇ ਬਿਠਾ ਦਿਓ ਤਾਂ ਵੀ ਸਰਕਾਰ ਦੀ ਚੀਕ ਵੱਜ ਜਾਣੀ ਹੈ। ਪਰ ਮਾੜੇ ਮੋਟੇ ਬਿਆਨ ਦੇ ਕੇ, ਚੰਨੀ ਦਾ ਬਿਆਨ ਆ ਗਿਆ, ਨਵਜੋਤ ਸਿੱਧੂ ਦਾ ਬਿਆਨ ਆ ਗਿਆ, ਕਿਸੇ ਦਾ ਬਿਆਨ ਤੱਕ ਵੀ ਨਹੀਂ ਆਇਆ ਯਾਰ, ਐਡਾ ਧੱਕਾ ਸ਼ਰੇ ਆ ਵਾ 195 ਏ ਲਾ ਕੇ ਜ਼ਮਾਨਤ ਹੋਣ ਤੋਂ ਬਾਅਦ ਦੁਬਾਰਾ ਚੱਕ ਕੇ ਜੇਲ੍ਹ ਸਿੱਟਤਾ। ਕਾਂਗਰਸ ਵੀ ਰਹੀ, ਆਪਾਂ ਜਾਣਦੇ ਹਾਂ ਕਿਵੇਂ ਕਾਣ ਹੋਇਆ, ਇੱਥੇ ਬਾਦਲ ਵੀ ਰਹੇ ਜਿਹੜੇ ਅੱਜ ਕਹਿੰਦੇ ਆ ਪੰਜਾਬ ਬਚਾਵਾਂਗੇ, ਵੀ ਜਾੜਿਆ ਕਿਹਨੇ ਆ? ਅੱਜ ਉਹ ਗੱਲ ਆ ਜਿਹੜਾ ਬੰਦਾ ਕਹਿੰਦੇ ਅੱਗ ਲਾ ਕੇ ਲਾਂਬੂ ਲਾ ਕੇ ਪੰਜਾਬ ਨੂੰ ਹੁਣ ਬਾਲਟੀ ਚੱਕੀ ਫਿਰਦੇ ਆ ਪਾਣੀ ਵਾਲੀ, ਪੰਜਾਬ ਬਚਾਉਣ ਨੂੰ ਤੁਰੇ ਫਿਰਦੇ ਆ। ਇਹਨਾਂ ਦਾ ਮਕਸਦ ਆ ਵੀ ਦੁਬਾਰਾ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ 'ਚ ਆ ਜਾਈਏ ਅਤੇ ਰਹਿੰਦਾ ਖੁੰਹਦਾ ਪੰਜਾਬ ਵੀ ਚੂੰਡ ਦੇਈਏ ਜਮ੍ਹਾਂ ਖਤਮ ਕਰ ਦੇਈਏ। ਜਦੋਂ ਮਨੁੱਖੀ ਅਧਿਕਾਰਾਂ 'ਚ ਮਨੁੱਖਤਾ ਦਾ ਕਾਣ ਹੁੰਦਾ ਹੈ, ਉਦੋਂ ਅਜਿਹੇ ਇਕੱਠ ਕਿਉਂ ਨਹੀਂ ਹੁੰਦੇ ਜੀ? ਅੱਜ ਰੋਟੀ ਨੂੰ ਹਮੇਸ਼ਾ ਭੱਜ ਜਾਂਦੇ, ਫਿਰ ਇਹ ਜਥੇਬੰਦੀਆਂ ਉਦੋਂ ਕਿਉਂ ਨਹੀਂ ਹੋਕਾ ਦਿੰਦੀਆਂ ਜੀ? ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮਸਲਾ, ਸਾਡੇ ਕੋਲ 15 ਸਾਲ ਦਾ ਪਾਣੀ ਬਚਿਆ, ਪਾਣੀ ਨਾ ਬਚਿਆ ਕਿਹੜੀਆਂ ਜ਼ਮੀਨਾਂ ਰਹਿਣੀਆਂ ਨੇ? ਬੰਜਰ ਹੋ ਜਾਣਾ, ਇੱਥੇ ਜਵਾਨੀ ਨਾ ਰਹੀ ਜਿਵੇਂ ਭੱਜ ਰਹੀ ਹੈ, ਬਾਹਰ ਨੂੰ ਪੰਜਾਬ ਖਾਲੀ ਹੋ ਰਿਹਾ ਅਤੇ ਪੰਜਾਬ ਸਾਂਭਣਾ ਪਈਆਂ ਨੇ, ਅਤੇ ਫਿਰ ਵੀ ਸਾਡੇ ਪੱਲੇ ਕੀ ਆ? ਪੀਰ ਸਿੰਘ ਬੋਲਦਾ ਦੇਖਿਆ ਬਾਦਲ, ਕਹਿੰਦਾ ਜੀ ਸਾਡੀ ਸਰਕਾਰ ਲਿਆਓ, ਕਨੈਕਸ਼ਨ ਦੇਵਾਂਗੇ। ਸਾਡੇ ਲੋਕ ਖੁਸ਼ ਨੇ ਵੀ ਹਾਂ, ਪਹਿਲਾਂ ਬਿਜਲੀ ਮੁਫ਼ਤ ਕਰਤੀ, ਹੁਣ ਕਨੈਕਸ਼ਨ ਹੋਰ ਦੇਣਗੇ। ਉਹ ਕਨੈਕਸ਼ਨ ਦੇ ਕੇ ਤੁਹਾਡੇ ਕੋਲ, ਮੈਂ ਵਾਰ ਵਾਰ ਕਹਿੰਦਾ, ਤੁਹਾਡੇ ਦਰਿਆਵਾਂ ਦਾ ਪਾਣੀ ਖੋਹ ਲਿਆ ਅਗਲਿਆਂ ਨੇ, ਧਰਤੀ ਹੇਠਲਾ ਪਾਣੀ 15 ਸਾਲ ਦਾ ਬਚਿਆ, ਤੁਹਾਡੀਆਂ ਨਸਲਾਂ ਨੇ ਫਸਲਾਂ ਨੂੰ ਰੋਂਦੇ ਆ, ਨਸਲਾਂ ਨੇ ਤੁਹਾਡੇ ਨਾਲ ਤਿਹਾਏ ਪਿਆਸੇ ਮਰ ਜਾਣਾ ਤੜਪ ਤੜਪ ਕੇ, ਉਹ ਗੱਲ ਤਾਂ ਸੋਚ ਲਓ। ਵੀ ਦਿੱਤਾ ਜਥੇਦਾਰ ਕੌਂਕੇ ਦੇ, ਉਹ ਕਹਿੰਦੇ ਰਿਪੋਰਟ 2010 ਦੀ ਜਿਹੜੀ ਹੈਗੀ RTI ਪਾ ਕੇ ਤੁਸੀਂ ਬਾਦਲਾਂ ਦੀ ਸਰਕਾਰ ਵੇਲੇ ਲਈ ਹੋਈ ਹੈ, ਜੇ ਬਾਦਲਾਂ ਨੇ ਇਹ ਕੀਤਾ ਹੁੰਦਾ ਫਿਰ ਆਪਾਂ ਤਾਂ RTI ਪਾ ਕੇ ਤੁਹਾਨੂੰ ਦਿੰਦੇ ਹੀ ਨਾ। ਜਦੋਂ ਸਮੇਲ ਸੈਣੀ ਬੀੜੀ ਪੀ ਕੇ ਅਤੇ ਧੂੰਆਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੂੰਹ 'ਤੇ ਮਾਰਦਾ ਅਤੇ ਵੱਟ ਕੇ ਚਪੇੜ ਮਾਰਦਾ ਜਥੇਦਾਰ, ਅਤੇ ਉਦੋਂ ਬਾਅਦ ਤਸ਼ੱਦਦ ਹੁੰਦਾ ਜਥੇਦਾਰ ਦੇ ਉੱਤੇ, ਤੁਹਾਨੂੰ ਫਰਕ, ਤੁਹਾਨੂੰ ਪਤਾ ਹੀ ਹੈ ਕਿਵੇਂ ਹੁੰਦਾ। ਉਹਨੂੰ ਸੈਣੀ ਨੂੰ DGP ਕਿਹਨੇ ਲਾਇਆ? ਜਿਹੜਾ ਸਾਡੇ ਸਿੱਖਾਂ ਨੂੰ ਜਲੀਲ ਕਰਕੇ ਸਾਡੇ ਨੌਜਵਾਨ ਮੁੰਡਿਆਂ ਦੇ ਮੁਕਾਬਲੇ ਬਣਾਉਂਦਾ ਰਿਹਾ, ਸਾਡੀਆਂ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਰਹੀਆਂ, ਥਾਣੇ 'ਚ ਨੰਗਿਆਂ ਕਰਕੇ, ਇੱਕ ਨੌਜਵਾਨ ਕੁੜੀਆਂ ਨੂੰ ਨੰਗੇ ਕਰਕੇ ਉੱਤੇ ਪਿਓ ਜਾਂ ਭਰਾ ਨੂੰ ਪਾਇਆ ਜਾਂਦਾ ਰਿਹਾ, ਉਹਨਾਂ ਨੂੰ DGP ਕਿਹਨੇ ਲਾਇਆ?
SSP ਕਿਹਨੇ ਲਾਇਆ, ਸਟਾਰ ਕਿਹਨੇ ਲਾਏ, ਫੀਤੀਆਂ ਕਿਹਨੇ ਲਾਈਆਂ, ਉਹਦੇ ਕਿਹਨੇ ਬਖਸ਼ੇ, ਇਹਦਾ ਜ਼ਿੰਮੇਵਾਰ ਕੌਣ ਹੈ? ਬਾਦਲ ਨਹੀਂ? ਅਤੇ ਸ਼੍ਰੋਮਣੀ ਕਮੇਟੀ ਕੀ ਬਾਦਲ ਤੋਂ ਬਾਹਰ ਆ? ਘੋਟਨਾ ਬਾਦਲ ਦੇ ਬੈੱਡਰੂਮ ਤੱਕ ਜਾਂਦਾ ਸੀ। ਅਤੇ ਇੱਥੋਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਕਾਲਤਾ ਸਾਹਿਬ ਦੇ ਜਹੇਦਾਰ ਨੇ ਚੰਡੀਗੜ੍ਹ ਸੁਖਬੀਰ ਦੀ ਕੋਠੀ ਮੂਹਰੇ ਬੈਠੇ 2-2-4-4 ਘੰਟੇ ਉਡੀਕ ਕਰੀ ਜਾਂਦੇ ਹੁੰਦੇ ਸੀਗੇ ਵੀ ਮਿਲਣ ਆਏ ਆ। ਇੱਥੋਂ ਤੱਕ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਥੋਂ ਤੱਕ ਲਿਆਉਂਦਾ ਅਤੇ ਕਾਲਤਾ ਸਾਹਿਬ ਨੂੰ ਇੱਥੋਂ ਤੱਕ ਇਹਨਾਂ ਨੇ ਥੱਲੇ ਲਿਆਉਂਦਾ। ਗੁਰਚਰਨ ਸਿੰਘ ਸ਼ਰੇਆਮ ਯਾਰ ਗੁਰੂ ਦੀ ਤਾਬਿਆਂ 'ਚ ਬੈਠ ਕੇ ਅੰਮ੍ਰਿਤ ਛੱਕ ਕੇ ਝੂਠ ਬੋਲੀ ਜਾਂਦੇ ਆ ਕਿ ਅਸੀਂ ਤਾਂ ਕਹੇ ਹੀ ਨਹੀਂ ਇਹ ਫਰਮਾਨ ਨਹੀਂ। ਜਦੋਂ ਚਿੱਠੀ ਸਾਹਮਣੇ ਆ ਗਈ ਕਹਿੰਦੇ ਮੈਨੂੰ ਪਤਾ ਨਹੀਂ, ਅਣਜਾਣ ਪੁਣੇ ਜਿਵੇਂ ਤੋਂ ਕਹਿ ਕੇ ਮਾਫ਼ੀ ਮੰਗ ਮੁੜ ਕੇ ਇਹਨਾਂ ਗੱਲਾਂ ਦੀਆਂ ਮਾਫ਼ੀਆਂ 'ਤੇ ਆ ਜਾਂਦੇ ਆ। ਤੂੰ ਜਿਹੜੇ ਵੀ ਇਹਨਾਂ ਦੇ ਬੰਦੇ ਆ, ਇੱਕ ਦਿਨ ਆਪਾਂ ਵਿਚਾਰ ਚਰਚਾ ਰੱਖ ਲਾ, ਬਿਠਾ ਮੂਹਰੇ, ਇੱਕ ਵੀ ਗੱਲ ਦਾ ਜਵਾਬ ਦੇ ਦੇਣ। ਇਹਨਾਂ ਨੇ ਇੱਕ ਗੁਨਾਹ ਕੀਤਾ? ਇਹਨਾਂ ਨੇ ਗੁਨਾਹਾਂ ਦੀ ਲਿਸਟ ਸੂਚੀ ਇੰਨੀ ਲੰਮੀ ਆ, ਆਪਾਂ ਗਿਣਦੇ ਗਿਣਦੇ ਥੱਕ ਜਾਂਗੇ ਕਿ ਐਡਾ ਘਾਣ ਕਰਾ ਕੇ ਆਪਣੀ ਜਵਾਨੀ ਦਾ, ਆਪਣੇ ਜਹੇਦਾਰਾਂ ਦਾ, ਆਪਣੇ ਕੌਮ ਦੇ ਯੋਧਿਆਂ ਦਾ ਜੇ ਅੱਜ ਵੀ ਜਿੰਦਾਬਾਦ ਕਰਨੀ ਹੈ ਤਾਂ ਤੁਹਾਡੇ ਵਰਗੀਆਂ ਮਰੀਆਂ ਜ਼ਮੀਰਾਂ ਦੇ ਲੋਕ ਨਹੀਂ ਹੈਗੇ। ਬਾਪੂ ਨੂੰ ਕਦੇ ਇਹ ਨਹੀਂ ਕਿਹਾ ਵੀ ਬਾਪੂ ਨਾ ਬੋਲੇ ਕਰ ਇੰਨਾ, ਜਾਂ ਘਰ ਨਹੀਂ ਵੜਦਾ ਬਾਪੂ ਜਦੋਂ ਉਦੋਂ ਕਹਿੰਦਾ ਨਹੀਂ ਤੂੰ ਨਾ? ਕਿਉਂ? ਬਾਪੂ ਉਹਦੇ ਹੱਕ 'ਚ ਰਹਿੰਦਾ। ਹੈਂ? ਬਾਪੂ ਉਹਦੇ ਹੱਕ 'ਚ ਰਹਿੰਦਾ। ਵੀ ਆਪਣੇ ਜਵਾਕਾਂ ਨੂੰ ਇਹਨੇ ਬੋਝਦਲ ਅਤੇ ਕਹਿਰ ਨਾ ਬਣਾਓ, ਇਹਨੂੰ ਦਿਖਾਓ ਜਿਹੜੇ ਘਰਾਂ ਦੇ ਵਿੱਚ ਹਾਲਾਤ, ਜਿਹੜੇ ਘਰਾਂ 'ਚ ਮਾਹੌਲ ਇਹੋ ਜਿਹਾ ਹੁੰਦਾ, ਪੁਲਿਸਾਂ ਦਾ ਆਉਣਾ ਜਾਣਾ, ਪਰਚਾ ਪੈ ਗਿਆ, ਆਹ ਹੋ ਗਿਆ, ਉਹ ਹੋ ਗਿਆ, ਉਹਨਾਂ ਦੇ ਜਵਾਕ ਵੀ ਦਲੇਰ ਹੁੰਦੇ ਆ, ਉਹਨਾਂ ਦੀਆਂ ਬੁੜੀਆਂ ਵੀ ਦਲੇਰ ਹੁੰਦੀਆਂ। ਮੇਰੀ ਅੱਜ ਤਰੀਕ ਸੀਗੀ ਬਠਿੰਡੇ, ਉਹ ਪੰਜਾਬੀ ਮਾਂ ਬੋਲੀ ਜਿਹੜੇ ਪੋਚੇ ਮਾਰੇ ਸੀ, ਮੈਨੂੰ ਉੱਥੇ ਵੀ ਲੈ ਗਿਆ। ਮੈਂ ਕਹਿੰਦਾ ਕੋਰਟ ਕਚਹਿਰੀਆਂ ਨਾਲ ਵੀ, ਇਹਦਾ ਥਾਣਿਆਂ ਨਾਲ ਵੀ, ਇਹਦਾ ਸੰਘਰਸ਼ਾਂ ਨਾਲ ਬਾਹ ਹੁਣ ਤੋਂ ਪੈਣਾ ਚਾਹੀਦਾ, ਪਰ ਅਸੀਂ ਇਹ ਪਾਉਂਦੇ ਨਹੀਂ। ਅਸੀਂ ਜਵਾਕਾਂ ਨੂੰ ਬਹੁਤ ਸੋਹਲ ਜਿਹੇ ਬਣਾ ਲਿਆ। ਮੈਂ ਰਾਤ ਨੂੰ 12 ਵਜੇ ਆਵਾਂ, ਮਤਲਬ ਮੈਂ 12-1 ਵਜੇ ਆਇਆ ਰਾਤ ਨੂੰ, ਮਤਲਬ ਬਾਹਰ ਖਲਾਇਆ ਮੈਂ, ਹੈ ਨਾ, ਇਹ ਆਵਾਜ਼ ਸੁਣ ਕੇ ਬਾਹਰ ਭੱਜਿਆ ਆਉਂਦਾ। ਇਹ ਕਹਿੰਦਾ ਬਾਪੂ ਮੈਨੂੰ ਤੇਰੇ ਬਿਨਾਂ ਨੀਂਦ ਨਹੀਂ ਆਉਂਦੀ। ਫਿਰ ਮੈਨੂੰ ਦੱਸਦਾ ਹੁੰਦਾ ਪੁੱਤ, ਮੈਂ ਮੈਨੂੰ ਮੰਨ ਲਓ ਕੱਲ ਨੂੰ ਕੁਛ ਹੋ ਜਾਂਦਾ, ਜਾਂ ਮੈਨੂੰ ਚੱਕ ਕੇ ਜੇਲ੍ਹ ਸਿੱਟ ਦਿੱਤਾ ਜਾਂਦਾ, ਜਾਂ ਮੈਂ ਘਰ ਹੀ ਛੱਡ ਜਾਂਦਾ, ਫਿਰ ਹੁਣ ਤੋਂ ਮੈਂ ਤਰੀਕੇ ਨਾਲ ਮੈਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਹੀ ਬੰਦਾ ਜਿਹੜਾ ਤੂੰ ਬੋਲਦਾ ਸੱਚ, ਬਾਕੀ ਮਰ ਗਏ, ਕਾਂਗਰਸ ਹੀ ਮਰ ਗਏ ਤੇ ਮਾਨ ਵੀ ਮਰ ਗਿਆ ਜਿਹੜਾ ਹੁਣ ਆਇਆ ਮਗਰ ਲਾ ਕੇ, ਤੇ ਬਾਦਲ ਤੇ ਪਹਿਲਾਂ ਮਰਿਆ ਸੀ। ਅਸੀਂ ਜੇ ਦਿਲੋਂ ਦਿਲੋਂ ਤੁਰਾਂਗੇ ਦਿਲੋਂ, ਠੀਕ ਹੈ ਨਾ, ਜਿਹੜਾ ਤੂੰ ਖੈਰੇ ਲਈ ਬੋਲਿਆ ਹੈ। ਪਿੰਡ ਮਰਦ, ਇੱਕ ਹੀ ਮਰਦ ਰਹਿ ਗਿਆ ਪੰਜਾਬ 'ਚ ਯਾਰ। ਇੱਕ ਪੰਜਾਬ ਹੀ ਹੈ, ਮੈਂ ਬਹੁਤ ਵਾਰੀ ਇਹ ਦੇਖਦਾ ਗੱਲ, ਇਹ ਇਹ ਕਦੇ ਉੱਠਦਾ ਅਤੇ ਕਦੇ ਸ਼ਾਂਤ ਹੋ ਜਾਂਦਾ, ਕਦੇ ਐਂ ਚੜ੍ਹ ਕੇ ਆਉਂਦਾ ਛੂਕਦਾ ਦਰਿਆ ਨੂੰ, ਇਹ ਛੂਕੂਗਾ, ਇਹ ਖੌਰੂ ਪਾਊਗਾ, ਪੰਜਾਬ ਸਾਂਭਿਆ ਸੰਭਾਲਿਆ ਨਹੀਂ ਕਿਸੇ ਤੋਂ ਜਾਣਾ। ਜੇ ਸਾਨੂੰ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਨੂੰ ਐਂ ਦੱਬ ਲਾਂਗੇ, ਇਹ ਬਹੁਤ ਵੱਡਾ ਭੁਲੇਖਾ ਪਾਲੀ। ਬਟ ਅੱਜ ਲੱਖਾਂ ਕਿਸਾਨ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਅਤੇ 13 ਫਰਵਰੀ ਨੂੰ ਇਹ ਕਿਸਾਨ ਮੁੜ ਕੇ ਦਿੱਲੀ ਵੱਲ ਨੂੰ ਚਾਲੇ ਪਾਉਣ ਜਾ ਰਹੇ ਨੇ। ਤਾਂ ਕਿਸਾਨਾਂ ਦੀ ਇਸ ਵੱਡੀ ਰੈਲੀ ਦੇ ਵਿੱਚ ਲੱਖਾਂ ਸਧਾਣਾ ਵੀ ਪਹੁੰਚੇ ਨੇ, ਗੱਲਬਾਤ ਕਰਾਂਗੇ। ਸੋ ਲੱਖੇ ਬਾਈ ਕਿਵੇਂ ਵੇਖਦੇ ਹੋ, ਅੱਜ ਫਿਰ ਮੁੜ ਤੋਂ ਕਿਸਾਨ ਇੱਥੇ ਇਕੱਤਰ ਹੋਏ ਨੇ ਅਤੇ ਕਿਹਾ ਜਾ ਰਿਹਾ ਵੀ 13 ਫਰਵਰੀ ਨੂੰ ਦਿੱਲੀ ਪਹੁੰਚਾਂਗੇ। ਹਾਲਾਂਕਿ ਜਿੱਤ ਦੇ ਢੋਲ ਤਾਂ ਆਪਾਂ ਨੇ ਪਹਿਲਾਂ ਵਜਾ ਲਏ ਸੀਗੇ ਅਤੇ ਹੁਣ ਫੇਰ ਕਹਿੰਦੇ ਆ ਜੀ, ਕਹਿੰਦੇ ਅਜੇ ਪਈ ਆ ਲੜਾਈ ਬਾਕੀ। 13 ਫਰਵਰੀ ਦਿੱਲੀ ਕੂਚ ਦੀ ਜਿਹੜਾ ਬਿਗਲ ਵੱਜਿਆ, ਉਹਦਾ ਕਾਰਨ ਹੈ ਕਿ ਜਿਹੜੀਆਂ ਮੰਗਾਂ, ਜਿਹੜੇ ਗੱਲਾਂ ਅਧੂਰੀਆਂ ਰਹੀਆਂ, ਜਿਨ੍ਹਾਂ ਤੋਂ ਸਰਕਾਰ ਸੈਂਟਰ ਦੀ ਵਾਅਦੇ ਕਰਕੇ ਮੁੱਕਰੀ ਹੈ, MSP ਦੀ ਗੱਲ ਹੋਵੇ ਜਾਂ ਹੋਰ ਅਨੇਕਾਂ ਗੱਲਾਂ ਜਿਹੜੀਆਂ ਉਸ ਸਮੇਂ ਸਰਕਾਰ ਨੇ ਮੋਰਚਾ ਫਤਿਹ ਹੋਣ ਤੋਂ ਪਹਿਲਾਂ ਵਾਅਦੇ ਕੀਤੇ, ਵਫਾ ਨਹੀਂ ਹੋਏ।
ਇਸੇ ਕਰਕੇ ਦੁਬਾਰਾ 13 ਤਰੀਕ ਦਾ ਜਿਹੜਾ ਬਿਗਲ ਆ ਵੱਖ ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਕੱਠੇ ਹੋ ਕੇ ਇਹ ਗੱਲ ਕਹੀ ਹੈ ਵੀ ਅਸੀਂ 13 ਤਰੀਕ ਨੂੰ ਇੱਥੋਂ ਦਿੱਲੀ ਵੱਲ ਉਵੇਂ ਹੀ ਫਿਰ ਜਿਵੇਂ ਪਹਿਲਾਂ 26 ਨਵੰਬਰ ਨੂੰ ਗਏ ਸੀ ਉਸ ਤਰੀਕੇ ਨੇ ਜਾਣਾ। ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ, ਚਾਹੇ ਏਜੰਸੀਆਂ ਹੋਣ ਸਟੇਟ ਦੀਆਂ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਹਰ ਪਾਸਿਓਂ ਇੱਕੋ ਹੀ ਜ਼ੋਰ ਲੱਗਿਆ ਹੋਇਆ। ਉਹਨਾਂ ਨੇ ਆਪਣੇ ਬੰਦੇ ਵੀ ਛੱਡ ਰੱਖੇ ਨੇ, ਉਹਨਾਂ ਨੇ ਆਪਣਾ ਮੀਡੀਆ ਵੀ ਛੱਡ ਰੱਖਿਆ, ਉਹਨਾਂ ਨੇ ਮਾਹੌਲ, ਉਹਨਾਂ ਨੇ ਵਰਤਾਂਤ ਵੀ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਥੇਬੰਦੀਆਂ ਮਾਹੌਲ ਖਰਾਬ ਕਰਦੀਆਂ, ਜਥੇਬੰਦੀਆਂ ਸੜਕਾਂ ਰੋਕ ਲੈਂਦੀਆਂ ਨੇ, ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਜਥੇਬੰਦੀ ਨੂੰ ਭੰਨਣ ਦੀ ਤਿਆਰੀ। ਇਹ ਬਕਾਊ ਨੇ, ਇਹ ਵਿਕ ਜਾਂਦੇ ਨੇ, ਇਹ ਸਮਝੌਤੇ ਕਰ ਲੈਂਦੇ ਨੇ, ਬਹੁਤ ਤਰ੍ਹਾਂ ਦਾ ਇਹੋ ਜਿਹਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਪੰਜਾਬ ਦੇ ਅੰਦਰ। ਪਰ ਮੈਂ ਇੱਕ ਅਪੀਲ ਲੋਕਾਂ ਨੂੰ ਕਰਨੀ ਚਾਹੁੰਦਾ ਕਿ ਜੇ ਤੁਹਾਡੀਆਂ ਜ਼ਮੀਨਾਂ ਬਚੀਆਂ ਨੇ, ਤੁਹਾਡੇ ਕਾਰੋਬਾਰ ਬੱਚੇ ਨੇ, ਛੋਟੇ ਮੋਟੇ ਜਿਹੜੇ ਦੁਕਾਨਦਾਰ ਆ ਉਹਨਾਂ ਦੇ, ਕੋਈ ਛੋਟੇ ਮੋਟੇ ਵਪਾਰੀ ਆ ਉਹਨਾਂ ਦੇ ਕਾਰੋਬਾਰ ਬੱਚੇ ਨੇ, ਕੋਈ ਰੇਹੜੀਆਂ ਫੜੀਆਂ ਵਾਲੇ ਬੱਚੇ ਆ, ਕੋਈ ਵੀ ਕਾਰੋਬਾਰ ਆ ਜਿਹੜਾ ਮਾੜਾ ਮੋਟਾ ਬੱਚਾ ਜਿਹਦੇ ਸਿਰ 'ਤੇ ਲੋਕ ਮਾੜੀ ਮੋਟੀ ਰੋਟੀ ਖਾਂਦੇ ਆ, ਜੇ ਇਹ ਜਥੇਬੰਦੀਆਂ ਖਤਮ ਹੋ ਗਈਆਂ ਨਾ ਤਾਂ ਭੁੱਲ ਜਾਓ, ਨਾਲ ਦੀ ਨਾਲ ਜਿਹੜੇ ਪੂੰਜੀਪਤੀ ਲੋਕ ਨੇ ਉਹਨਾਂ ਨੇ ਤੁਹਾਡਾ ਸਾਰਾ ਕਾਰੋਬਾਰ ਦੱਬ ਲੈਣਾ। ਇਹ ਆ ਤੁਹਾਨੂੰ ਜਿਹੜਾ 10 ਸਾਲ ਦਾ ਸਮਾਂ ਹੋਰ ਮਿਲ ਗਿਆ, ਇਹ ਮਿਲਿਆ ਹੀ ਕਿਸਾਨੀ ਮੋਰਚੇ ਕਰਕੇ ਹੈ, ਨਹੀਂ ਅੱਜ ਨੂੰ ਤੁਹਾਡੇ ਉੱਤੇ ਆ ਚੜ੍ਹੇ ਸੀ ਉਹ। ਇਸ ਕਰਕੇ ਅਪੀਲ ਹੈ ਕਿ ਜਿਹੜਾ ਇਹ ਮਾਹੌਲ ਸਿਰਜਦੇ ਆ, ਮੈਂ ਦੇਖਦੇ ਹਾਂ ਕਈ ਇਹਨਾਂ ਦੇ ਛੱਡੇ ਹੋਏ ਕੈਟ ਟੌਟ ਇਹਨਾਂ ਦੇ ਜਿਹੜੇ ਬੰਦੇ ਆ ਬਹੁਤ ਇਹ ਪ੍ਰਾਪੇਗੰਡਾ ਕਰਦੇ ਆ, ਇਹ ਸੜਕਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੀ, ਇਹ ਇਕੱਠੇ ਹੋ ਜਾਂਦੇ ਜੀ, ਇਹ ਧਰਨਿਆਂ 'ਚੋਂ ਖਾ ਜਾਂਦੇ ਆ ਜੀ ਪੈਸਾ, ਇਹ ਬਹੁਤ ਤਰ੍ਹਾਂ ਦੇ ਮਾਹੌਲ ਸਿਰਜੇ ਜਾਂਦੇ ਆ। ਪਰ ਮੈਂ ਇੱਕੋ ਅਪੀਲ ਕਰਦਾ ਬਾਈ, ਜੇ ਤੁਹਾਡੀਆਂ ਜ਼ਮੀਨਾਂ ਬਚਣਗੀਆਂ, ਤੁਹਾਡੇ ਘਰ ਬਚਣਗੇ, ਤੁਹਾਡੀ ਰੋਜ਼ੀ ਰੋਟੀ ਬਚਣੀ ਆ, ਤਾਂ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋ ਸਕਦੇ, ਇਕੱਠੇ ਹੋ ਕੇ ਤਾਂ ਜਥੇਬੰਦੀਆਂ ਜਿਹੜੀਆਂ ਬਣਨਗੀਆਂ, ਇਹ ਵੱਡੇ ਪੱਧਰ 'ਤੇ ਮਜ਼ਬੂਤ ਹੋਣਗੀਆਂ, ਤਾਂ ਤੁਸੀਂ ਬਚ ਸਕਦੇ ਹੋ। ਲੋਕ ਤਾਂ ਬਾਈ ਇਹ ਵੀ ਸਵਾਲ ਕਰਦੇ ਆ ਵੀ ਜਦੋਂ ਲੜਾਈ ਅਜੇ ਬਾਕੀ ਸੀਗੀ, ਦਿੱਲੀ ਤੋਂ ਆਉਣ ਦੀ ਕੀ ਲੋੜ ਸੀਗੀ? ਬਹੁਤ ਸਾਰੇ ਲੋਕ ਜਦੋਂ ਲਾਲ ਕਿਲੇ 'ਤੇ ਨੌਜਵਾਨ ਚਲੇ ਜਾਂਦੇ ਆ, ਲੀਡਰਾਂ ਨੇ ਤਾਂ ਇੱਥੋਂ ਤੱਕ ਕਹਿਤਾ ਸੀਗਾ ਵੀ ਇਹ ਤਾਂ ਸਾਡੇ ਬੰਦੇ ਹੀ ਨਹੀਂ, ਫਿਰ ਉਹ ਕਹਿੰਦੇ ਅਸੀਂ ਅਜਿਹੇ ਲੀਡਰਾਂ ਦੀ ਗੱਲ ਕਿਉਂ ਮੰਨੀਏ, ਹਾਲਾਂਕਿ ਅੱਜ ਲੱਖਾਂ ਦਾ ਇਕੱਠ ਆ, ਪਰ ਇੱਥੇ ਇਸ ਤੋਂ ਡਬਲ ਹੁੰਦਾ ਜੇ ਕਿਤੇ ਉਦੋਂ ਸਾਰਿਆਂ ਨੇ ਲੱਤਾਂ ਭਾਰ ਝੱਲੀਆਂ ਹੁੰਦੀਆਂ ਜੇ ਲੀਡਰਾਂ ਦੀਆਂ ਜੀ। ਉਸ ਦੇਖੋ ਸਾਰੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜਦੋਂ ਆਪਾਂ ਲੜਾਈ ਲੜਦੇ ਹਾਂ ਉਹ ਲੜਾਈ 'ਚ ਆਪਾਂ ਨਵੇਂ ਵੀ ਹੁੰਦੇ ਹਾਂ, ਬਹੁਤ ਕਮੀਆਂ ਘਾਟਾਂ ਰਹਿ ਜਾਂਦੀਆਂ ਨੇ, ਬਹੁਤ ਗੱਲਾਂ ਅਧੂਰੀਆਂ ਰਹਿ ਜਾਂਦੀਆਂ। ਜਦੋਂ ਬੰਦਾ ਸਿੱਖਦਾ, ਸਿੱਖ ਕੇ ਨਵੇਂ ਸਿਰੋਂ ਫਿਰ ਤਿਆਰੀ ਕਰਦਾ, ਫਿਰ ਜ਼ਬਰਦਸਤ ਤਿਆਰੀ ਹੁੰਦੀ ਹੈ, ਫਿਰ ਜਿੱਤ ਵੀ ਜ਼ਬਰਦਸਤ ਹੁੰਦੀ ਹੈ। ਸੋ ਇਸ ਕਰਕੇ ਇਹ ਗੱਲਾਂ ਨੂੰ ਲੈ ਕੇ ਵੀ ਐਂ ਹੋ ਗਿਆ। ਹੁਣ ਤੁਸੀਂ ਦੇਖੋ, ਮੈਂ ਪਹਿਲਾਂ ਇਹ ਗੱਲ ਕਹਿਤੀ ਵੀ ਤੁਹਾਨੂੰ 10 ਸਾਲ ਜਿਉਂਦਿਆਂ 'ਚ ਹੋਰ ਕਰ ਗਿਆ ਉਹ ਮੋਰਚਾ, ਇੰਨਾ ਥੋੜ੍ਹਾ 700 ਆਪਾਂ ਬੰਦਾ ਉੱਥੇ ਮਰਵਾ ਲਿਆ, ਆਪਾਂ ਸਾਲ ਭਰ ਕਿਸਾਨ ਉੱਥੇ ਬੈਠੇ ਰਹੇ ਨੇ, ਜੇ ਅੱਜ ਵੀ ਆਪਾਂ ਉਹਨਾਂ ਨੂੰ ਗਾਲਾਂ ਕੱਢਣੀਆਂ ਨੇ, ਤੁਸੀਂ ਆਪਾਂ ਪੰਜਾਬ ਹਰਿਆਣਾ ਜਾਂ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਮੁਕਾਬਲੇ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖੀਏ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕਾਰਪੋਰੇਟ ਹੈ, ਜਿਹੜਾ ਪੂੰਜੀਪਤੀ ਹੈ, ਉਹ 80-90% ਸਾਰਾ ਕਾਰੋਬਾਰ ਆਪਣੇ ਹੱਥਾਂ 'ਚ ਕਰੀ ਬੈਠਾ, 10% ਲੋਕਾਂ ਦੇ ਹੱਥ 'ਚ ਹੈ। ਇਹੀ ਹਾਲਾਤ ਆਪਣੇ ਇੱਥੇ ਹੋਣਾ ਜੇ ਨਾ ਹੋਣ ਤਾਂ। ਪਰ ਮੈਂ ਕਹਿੰਦਾ ਜਿੰਨਾ ਇਹਨਾਂ ਨੂੰ ਮਜ਼ਬੂਤ ਕਰੋਗੇ, ਤਕੜਾ ਕਰੋਗੇ, ਕੋਈ ਗੱਲ ਨਹੀਂ, ਗਲਤੀਆਂ ਹੁੰਦੀਆਂ ਨੇ, ਬੰਦਾ ਹੌਲੀ ਡੇਢ ਕੁ ਸਵਾਰ ਹੁੰਦਾ, ਹੌਲੀ ਸਿੱਖਦੇ ਨੇ ਕਿਸਾਨ ਆਗੂ ਵੀ, ਚਲੋ ਉਦੋਂ ਇਹੋ ਜਿਹਾ ਘੋਲ ਪਹਿਲੀ ਵਾਰੀ ਹੋਇਆ ਬਣਿਆ ਮਾਹੌਲ, ਤਾਂ ਬਹੁਤ ਗਲਤੀਆਂ ਹੋਈਆਂ। ਪਰ ਨਹੀਂ, ਇਹ ਗੱਲ ਅਸੀਂ ਇਸ ਗੱਲ ਨੂੰ ਲੈ ਕੇ ਬਹਿ ਜਾਂਗੇ, ਨਹੀਂ ਜੀ ਕਿਸਾਨਾਂ ਨੇ ਐਂ ਕਰਤਾ, ਆਗੂਆਂ ਨੇ ਐਂ ਕਰਤਾ, ਉਹ ਸਾਰੀਆਂ ਗੱਲਾਂ ਭੁੱਲ ਭੁਲਾ ਕੇ ਨਵੇਂ ਸਿਰੋਂ ਦੁਬਾਰਾ ਇੱਕ ਲਹਿਰ ਖੜੀ ਕਰਕੇ ਦੁਬਾਰਾ ਫਿਰ ਦਿੱਲੀ 'ਤੇ ਜਾ ਕੇ ਧੌਣ 'ਤੇ ਗੋਡਾ ਰੱਖਣਾ ਪੈਣਾ। ਬਹੁਤ ਸਾਰੇ ਲੋਕ ਬਾਈ ਆਏ ਆ, ਬਹੁਤ ਸਾਰੇ ਲੋਕ ਤਾਂ ਗੱਲਾਂ ਇਹ ਵੀ ਕਰਦੇ ਵੀ ਅਸੀਂ ਕੀ ਲੈਣਾ, ਸਾਡੀ ਕਿਹੜਾ ਅਸੀਂ ਨਾ ਸਾਡੀ ਜ਼ਮੀਨ ਹੈ, ਅਤੇ ਹੁਣ ਉਹਨਾਂ ਲੋਕਾਂ ਦੇ ਲਈ ਕੀ ਹੈ? ਮਤਲਬ ਕਿ ਇਹ ਸਿਰਫ ਜ਼ਮੀਨਾਂ ਵਾਲਿਆਂ ਦਾ ਹੈ ਜਾਂ ਦੂਜੇ ਲੋਕਾਂ ਦੀ ਵੀ ਹੈਗਾ? ਨਹੀਂ, ਜ਼ਮੀਨਾਂ ਵਾਲਿਆਂ ਦਾ ਕਿਉਂ? ਇੱਥੇ ਮੇਰੇ ਨਾਲ ਮੁੰਡੇ ਖੜ੍ਹੇ ਆ, ਨੌਜਵਾਨ ਇਹ ਖੜ੍ਹੇ ਆ, ਇਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਸਾਡਾ ਆਹ ਪੋਲਟਰੀ ਫਾਰਮ ਦਾ ਕੰਮ ਹੈ,
ਇਹ ਤਾਂ ਵਿਚਾਰੇ ਇਸ ਜਿਹੜਾ ਇਹ ਤਾਣਾ ਬਾਣਾ ਜਿਹੜਾ ਜਿਹੜਾ ਫਾਰਮ ਲੈ ਕੇ ਆਏ ਆ ਉਹਦੇ ਝੰਬੇ ਹੋਏ ਲੋਕ ਨੇ, ਉਹਦੇ ਪੀੜਤ ਲੋਕ ਨੇ। ਇਹਨਾਂ ਨੂੰ ਪੁੱਛ ਕੇ ਦੇਖੋਗੇ ਇਹਨਾਂ ਨੂੰ ਕੀ ਮੁਸ਼ਕਲਾਂ ਆਈਆਂ। ਮੈਂ ਪਹਿਲਾਂ ਹੀ ਕਿਹਾ ਵੀ ਇੱਥੇ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਹੋ ਰਹੀ, ਇੱਥੇ ਹਰ ਵਰਗ ਦੀ ਗੱਲ ਹੋ ਰਹੀ ਹੈ। ਹੁਣ ਤੁਹਾਨੂੰ ਮੈਂ ਦੱਸਦਾ ਗੱਲ, ਇਹਨਾਂ ਤੋਂ ਵੀ ਮਾੜਾ ਮੋਟਾ ਮੈਂ ਚਾਹੂੰਗਾ ਤੁਸੀਂ ਆਪਣਾ ਪੱਖ ਜ਼ਰੂਰ ਰੱਖੋ ਕਿ ਤੁਹਾਨੂੰ ਜਿਹੜੇ ਕਿਸ ਤਰੀਕੇ ਦੇ ਸਾਹਮਣਾ ਹਾਲਾਤਾਂ ਦਾ ਕਰਨਾ ਪੈ ਰਿਹਾ, ਦੱਸਿਓ ਮਾੜਾ ਜਿਹਾ। ਸਾਨੂੰ ਤਾਂ ਸਰ ਇੱਦਾਂ ਵੀ ਜਿਵੇਂ ਹੁਣ ਸਰਕਾਰ ਇੱਕ ਪਾਸੇ ਦਾ ਕਹਿੰਦੇ ਵੀ ਆਪਣੇ ਪ੍ਰਾਈਵੇਟ ਧੰਦੇ ਅਪਣਾਓ, ਅਤੇ ਹੁਣ ਅਸੀਂ ਪ੍ਰਾਈਵੇਟ ਧੰਦਿਆਂ ਵਿੱਚ ਪਏ ਹੋਏ ਹਾਂ। ਹੁਣ ਇਹ ਕੋਪਰੇਟ ਘਰਾਣੇ ਦੀਆਂ ਕੰਪਨੀਆਂ ਨੇ ਜਿੰਨੀਆਂ ਵੀ ਅਸੀਂ ਐਂਟੀਗ੍ਰੇਸ਼ਨ ਕਰਕੇ ਮੁਰਗਾ ਪਾਲ ਰਹੇ ਹਾਂ, ਪਰ ਉਹ ਕੰਪਨੀਆਂ ਹੁਣ ਸਾਨੂੰ ਦਿਨੋ ਦਿਨ ਦਬਾ ਰਹੀਆਂ ਨੇ। ਸਾਡੇ ਦਬਾ ਰਹੀਆਂ, ਮਤਲਬ ਕਿ ਤੁਹਾਨੂੰ ਘਾਟਾ ਕਿਵੇਂ ਪੈ ਰਿਹਾ ਉਹਨਾਂ ਕਰਕੇ? ਸਰ ਦੇਖੋ FCR ਹੁੰਦੀ ਹੈ, ਕਿ ਜਿਵੇਂ 2 ਕਿਲੋ ਦਾ ਮੁਰਗਾ ਵੀ ਤਿਆਰ ਕਰਕੇ ਦਿਉ ਸਾਨੂੰ। ਪਹਿਲਾਂ ਅਸੀਂ ਨੇ ਉਹ 65 ਰੁਪਏ ਦੇ ਵਿੱਚ ਕਰਨਾ ਹੁੰਦਾ ਸੀਗਾ, ਹੁਣ ਆਪਦੀ ਮਨਮਰਜ਼ੀ ਨਾਲ ਕੋਈ 80-85 ਇੱਕ ਤਰ੍ਹਾਂ ਦਾ ਮਤਲਬ ਪ੍ਰੈਸਰਾਈਜ਼ ਕਰਕੇ ਦਬਾ ਰਹੀਆਂ ਨੇ। 2-2 ਮਹੀਨੇ ਸਾਨੂੰ ਚੈੱਕਸ ਨਹੀਂ ਮਿਲਦਾ ਹੈਗਾ, ਫਾਰਮਾਂ 'ਤੇ ਸਾਡੀਆਂ ਲੇਬਰਾਂ ਰੱਖੀਆਂ ਹੋਈਆਂ ਨੇ, ਫਾਰਮ ਸਾਡੇ ਖਾਲੀ ਪਏ ਨੇ, ਵੀ ਅਸੀਂ ਬਹੁਤ ਹੀ ਸਤਾਏ ਹੋਏ ਹਾਂ ਕੰਪਨੀਆਂ ਦੇ। ਤੁਸੀਂ ਇਹ ਦੇਖੋ ਸਲੀ, ਹਾਂਜੀ ਬਾਈ, ਮੁਰਗਾ ਤਿਆਰ ਹੋ ਜਾਂਦਾ, ਮੁਰਗਾ ਚੱਕਦੇ ਨਹੀਂ ਜੀ ਉਹ, ਅਤੇ ਜਦੋਂ 2 ਕਿਲੋ ਦਾ ਹੋ ਜਾਂਦਾ ਉਦੋਂ ਬਾਅਦ ਮੋਰਟੈਲਿਟੀ ਸ਼ੁਰੂ ਹੋ ਜਾਂਦੀ ਹੈ। 2.5 ਕਿਲੋ ਦਾ ਮੁਰਗਾ ਹੋ ਜਾਂਦਾ, 3 ਕਿਲੋ ਦਾ ਹੋ ਜਾਂਦਾ, ਕੰਪਨੀਆਂ ਚੱਕਦੀਆਂ ਨਹੀਂ, ਸਾਡਾ ਲੌਸ ਹੁੰਦਾ, ਫੀਡ ਜ਼ਿਆਦਾ ਹੀ ਖਾਂਦਾ ਮੁਰਗਾ, ਫੀਡ ਖਾ ਕੇ ਮਰਦਾ ਉਹ, ਅਤੇ ਉਹ ਫਾਰਮਰ 'ਤੇ ਪਾ ਕੇ ਉਹਦਾ ਚੈੱਕ ਜੋ ਬਣਦਾ ਉਹ ਕੈਂਸਲ ਕਰ ਦਿੰਦਾ ਵੀ ਤੁਹਾਡਾ ਲਾਟ ਮਤਲਬ ਖਰਾਬ ਹੋ ਗਿਆ, ਤੁਹਾਨੂੰ ਕੋਈ ਚੈੱਕ ਨਹੀਂ ਮਿਲੇਗਾ, ਕੋਈ ਪੈਸਾ ਨਹੀਂ ਮਿਲੇਗਾ, ਨਾ ਸਾਨੂੰ ਲੇਬਰ ਮਿਲਦੀ ਹੈ, ਨਾ ਸਾਡਾ ਜੋ ਲਾਗਤ ਕੀਤਾ ਮੁੱਲ ਅਸੀਂ ਲਾਇਆ ਉਹ ਵੀ ਸਾਨੂੰ। ਬਾਕੀ ਭਾਈ ਅਸੀਂ 20-20 ਲੱਖ ਲਾ ਕੇ ਇਕੱਲਾ ਬੰਦੇ ਦਾ ਫਾਰਮ ਪਾਇਆ ਸਾਡਾ, ਹਾਂ 30-30 ਲੱਖ ਰੁਪਇਆ ਲਾ ਕੇ, ਹੁਣ ਅਸੀਂ ਕਰੀਏ ਵੀ ਤਾਂ ਕੀ ਕਰੀਏ? ਦੇਖੋ ਆਹ ਸੁਣ ਲਓ ਮੁੰਡੇ ਦੀ, ਇਹਦੀ ਵੀ ਸੁਣ ਲਓ, ਸਾਡੀ ਸਮੱਸਿਆ ਵੀ ਕਿਸਾਨੀ ਨਿਰਭਰ ਹੀ ਹੈ। ਜਿਵੇਂ ਦੇਖੋ ਪਹਿਲਾਂ ਪੋਲਟਰੀ ਹੁੰਦੀ ਸੀਗੀ ਪ੍ਰਾਈਵੇਟ, ਜਿਵੇਂ ਆਪਾਂ ਕਣਕ ਬੀਜਦੇ ਹਾਂ ਆਪ ਮੰਡੀ 'ਚ ਵੇਚਦੇ ਹਾਂ, ਉਵੇਂ ਆਪਦਾ ਬੱਚਾ ਪਾਉਂਦੇ ਸੀਗੇ, ਆਪਦੀ ਫੀਡ ਡਿਪੈਂਡਡ ਕਰਦੇ ਸੀ। ਉਹਨਾਂ ਨੇ ਕੰਪਨੀਆਂ ਹੌਲੀ ਹੌਲੀ ਪੈਰ ਯਾਨੀ ਕਿ ਪੰਜਾਬ 'ਚ ਲਿਆਈਆਂ, ਉਦੋਂ ਮੁੜ ਕੇ ਉਹਨਾਂ ਨੇ ਬੱਚਾ ਦਿੱਤਾ, ਆਪਦੇ ਹਿਸਾਬ ਨਾਲ ਰੇਟ ਪ੍ਰਾਈਵੇਟ ਖਤਮ ਕਰਤੀ, ਆਪਦਾ ਬੱਚਾ ਪਾ ਕੇ ਨਾ ਸਾਰੇ ਫਾਰਮਰਾਂ ਨੂੰ ਪ੍ਰਾਈਵੇਟ ਜਿਹੜੀ ਉਹ ਬੱਚਾ ਪਾਉਂਦੇ ਸੀਗੇ ਜ਼ਿਮੀਂਦਾਰ ਭਾਈ ਖਤਮ ਕਰਤੀ, ਕਿਉਂਕਿ ਰੇਟ ਘੱਟ ਸੈੱਟ ਤਾਂ ਆਪਦਾ ਬੱਚਾ ਵੱਧ ਪਾਤਾ, ਰੇਟ ਆਟੋਮੈਟਿਕ ਥੱਲੇ ਆ ਗਿਆ। ਉਦੋਂ ਮੁੜ ਕੇ ਜਦੋਂ ਆਪਦਾ ਬੱਚਾ ਪਾਉਂਦੇ ਆ ਪਹਿਲਾਂ 7 ਰੁਪਏ ਤੋਂ ਰੇਟ ਸਟਾਰਟ ਕਰਕੇ ਹੌਲੀ ਹੌਲੀ ਥੱਲੇ ਲੈ ਆਉਂਦੇ ਆ, ਯਾਨੀ ਕਿ ਮੈਨੇਜ ਆ ਵੀ 15 ਦਿਨਾਂ ਬਾਅਦ ਤੁਹਾਨੂੰ ਚੈੱਕਸ ਦੇਣਾ ਵਾ ਜਦੋਂ ਬੱਚੇ ਚੁਕਾ ਕੇ। ਹੁਣ ਕਰਦੇ ਆ 1-1.5 ਮਹੀਨੇ ਵੱਧੋਂ ਰੇਟ ਘਟਾ ਰਹੇ ਆ, ਕਿਉਂਕਿ ਸਾਡੀ ਲੇਬਰ ਦਾ ਖਰਚਾ ਹੀ ਵੱਧ ਗਿਆ, ਅਤੇ ਬੂਰੇ ਦਾ ਯਾਨੀ ਕਿ ਜੋ ਸਾਨੂੰ ਚੀਜ਼ਾਂ ਨੀਡ ਨੇ ਉਹਨਾਂ ਦਾ ਬਹੁਤ ਖਰਚਾ ਵਧਿਆ ਵਾ, ਅਤੇ ਸਾਨੂੰ ਉਨੇ ਪੈਸੇ ਨਹੀਂ ਮਿਲ ਰਹੇ। ਯਾਨੀ ਕਿ ਜਿਵੇਂ ਕਿਸਾਨੀ ਜਿਵੇਂ ਅਡਾਨੀ ਅੰਬਾਨੀ ਵਰਗੇ ਕਿਸਾਨੀ 'ਚ ਆਉਣਾ ਚਾਹੁੰਦੇ ਆ, ਉਵੇਂ ਸਾਡੀ ਪੋਲਟਰੀ 'ਚ ਆ ਚੁੱਕੇ ਆ। ਦੇਖੋ ਇਕੱਲੀ ਖੇਤੀ ਨਾਲ ਜੁੜਿਆ ਹੋਇਆ ਮਸਲਾ ਨਹੀਂ ਇਹਨਾਂ ਦਾ ਮਸਲਾ, ਇਸ ਤੋਂ ਇਲਾਵਾ ਤੁਸੀਂ ਦੇਖੋ ਅੱਜ ਵੱਡੇ ਵੱਡੇ ਮਾਲ ਖੁੱਲ੍ਹ ਗਏ, ਹੰਡਿਆਏ ਖੁੱਲ੍ਹ ਗਿਆ, ਭੁੱਚੋ ਖੁੱਲ੍ਹ ਗਿਆ, ਬਠਿੰਡੇ ਖੁੱਲ੍ਹ ਗਿਆ, ਮਾਨਸਾ ਖੁੱਲ੍ਹ ਗਿਆ, ਇਹ ਜਿਹੜੇ ਛੋਟਾ ਦੁਕਾਨਦਾਰ ਖਤਮ ਹੋ ਗਿਆ, ਅਸਰ ਤਾਂ ਛੋਟੇ ਦੁਕਾਨਦਾਰ 'ਤੇ ਵੀ ਪੈ ਰਿਹਾ ਨਾ, ਉਹ ਜਮ੍ਹਾਂ ਉਹਦਾ ਰੋਟੀ ਵੀ ਪਚਾਉਣ ਦੀ ਮੁਸ਼ਕਲ ਨਾਲ ਪੱਕਦੀ ਆ। ਇਹ ਤੋਂ ਇਲਾਵਾ ਜਿਹੜੀ ਗੱਲ ਹੋਰ ਆ ਜਾਂਦੀ ਹੈ, ਹੁਣ ਜਿਵੇਂ ਗੱਲ ਬਹੁਤ ਵੱਡੇ ਪੱਧਰ 'ਤੇ ਉੱਭਰ ਰਹੀ ਆ ਵੀ ਤੁਹਾਡੀਆਂ ਕਣਕਾਂ ਦੇ ਰੇਟ 800 ਰੁਪਏ ਦੇ ਕੁਇੰਟਲ ਦੇ ਹਿਸਾਬ ਨਾਲ ਘੱਟ ਜਾਣਗੇ। ਡੱਲੇਵਾਲ ਸਾਹਿਬ ਨੇ ਹੋਰ ਕਈ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਗਾਹ ਕੀਤਾ ਆ ਪਹਿਲਾ ਮਹੀਨਾ, ਦੂਜੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਅਤੇ ਹੋਰ ਮੁਲਕਾਂ ਦੇ ਵਿੱਚੋਂ ਕਣਕ ਪੰਜਾਬ ਦੇ ਵਿੱਚ ਜਾਂ ਭਾਰਤ 'ਚ ਆ ਜਾਣੀ ਹੈ। ਉਹ ਜਿਹੜੀ ਆਪਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਜਿਹੜਾ ਗੈਟ ਸਮਝੌਤਾ ਉਹਦੀ ਆਪਾਂ ਗੱਲ ਕਰਦੇ ਹਾਂ, ਉਹਦੇ ਤਹਿਤ ਜਿੰਨਾਂ ਮੁਲਕਾਂ ਤੋਂ ਜਾਂ ਵਰਲਡ ਬੈਂਕ ਦੇ ਵਿੱਚੋਂ ਇਸ ਮੁਲਕ ਨੇ ਕਰਜ਼ਾ ਚੱਕਿਆ, ਅਗਲੇ ਬਾਂਹ ਪਾਉਂਦੇ ਆ, ਮਰੋੜਦੇ ਆ ਬਾਂਹ ਵੀ ਚੱਲ ਭਾਈ ਸਾਡਾ ਸਮਾਨ ਤੁਸੀਂ, ਤੁਹਾਡੀ ਬਹੁਤ ਮੰਡੀ ਵੱਡੀ ਮੰਡੀ ਆ ਭਾਰਤ ਇੱਕ ਖਪਤ ਦੀ, ਕੁੱਲ ਚੀਜ਼ ਇੱਥੇ ਵੱਡੇ ਪੱਧਰ ਦੇ ਆਬਾਦੀ ਦੇ ਹਿਸਾਬ ਨਾਲ ਖਪਤ ਹੁੰਦੀ ਆ, ਉਹਦੇ ਹਿਸਾਬ ਦੇ ਨਾਲ ਉਹ ਕਹਿੰਦੇ ਭਾਈ ਸਾਡਾ ਆਹ ਸਮਾਨ ਸ਼ਰਤਾਂ ਤਹਿਤ ਵੇਚਣਾ ਪਊਗਾ।
ਹੁਣ ਜੇ ਬਾਹਰਲੇ ਮੁਲਕਾਂ ਤੋਂ ਕਣਕ ਆ ਗਈ ਉਹਦੀ ਜਿਹੜੀ ਡਿਊਟੀ ਘਟਾਤੀ ਹੈ ਨਾ ਉਹ ਘਟਾਉਣ ਦੇ ਕਰਕੇ ਤਾਂ ਇਸ ਲਈ ਇਹਨਾਂ ਨੇ ਜਿਹੜਾ ਹੁਣ ਪੰਜਾਬ ਜਾਂ ਹਰਿਆਣਾ ਜਾਂ ਜਿਹੜਾ ਵੀ ਆਪਾਂ ਇੱਥੇ ਕਾਸ਼ਤ ਹੁੰਦੀ ਆ ਕਣਕ ਦੀ ਜਾਂ ਹੋਰ ਫਸਲਾਂ ਦੀ ਉਹਦਾ ਰੇਟ ਸਿੱਟ ਦੇਣਾ ਜਾਂ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਲਾਤ ਨਾ ਅਸੀਂ ਲੋਕ ਇਕੱਠੇ ਹੋਏ ਤਾਂ ਹਾਲਾਤ ਇੰਨੇ ਮਾੜੇ ਹੋ ਜਾਣੇ ਆ ਕਿ ਸਾਡੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਣੇ ਆ ਅਤੇ ਜ਼ਮੀਨਾਂ ਵੇਚਣ ਨੂੰ ਲੋਕ ਤਿਆਰ ਹੋ ਜਾਣੇ ਆ ਕਰਜ਼ਾ ਇੰਨਾ ਲੋਕਾਂ ਦੇ ਸਿਰ ਚੜਿਆ ਹੋਇਆ ਸੋ ਸਾਡੇ ਕੋਲ ਇੱਕੋ ਇੱਕ ਰਾਹ ਬਚਦਾ ਵੀ ਸਾਰੇ ਨਿੱਜੀ ਮਫਾਦ ਛੱਡ ਕੇ ਕੋਈ ਵਿਚਾਰਧਾਰਾ ਰੱਖੋ ਕੋਈ ਸੋਚ ਰੱਖੋ ਭਾਵੇਂ ਜਿਹੜੀ ਮਰਜ਼ੀ ਸਿਆਸੀ ਪਾਰਟੀਆਂ ਤੁਰੇ ਫਿਰੋ ਪਰ ਇੱਥੇ ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਬਚਾਉਣ ਲਈ ਸਾਡੀ ਜਵਾਨੀ ਕਿਸਾਨੀ ਮਜ਼ਦੂਰਾਂ ਨੂੰ ਬਚਾਉਣ ਲਈ ਹਰ ਵਰਗ ਨੂੰ ਬਚਾਉਣ ਲਈ ਚਾਹੇ ਕੋਈ ਦੁਕਾਨਦਾਰ ਆੜ੍ਹਤੀ ਆ ਵਪਾਰੀ ਛੋਟੇ ਮੋਟੇ ਆ ਜਿਹੜੇ ਹਰ ਇੱਕ ਨੂੰ ਬਚਾਉਣ ਲਈ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਮੈਨੂੰ ਲੱਗਦਾ ਵੀ ਲੋਕ ਸਾਥ ਦੇਣਗੇ ਹੁਣ ਤੁਸੀਂ ਪਰਸੋਂ ਹੀ ਤੁਸੀਂ ਵੀਡੀਓ ਪਾਉਂਦੇ ਹੋ ਵੀ ਲੋਕੋ ਤੁਹਾਡਾ ਜ਼ਮੀਰ ਹੋ ਗਿਆ ਖੈਰ ਨਾਲ ਧੱਕਾ ਹੋ ਗਿਆ ਅਤੇ ਤੁਹਾਨੂੰ ਲੱਗਦਾ ਵੀ ਧੱਕੇ ਦੇ ਖਿਲਾਫ ਲੋਕ ਬੋਲਣਗੇ ਦੇਖੋ ਇੱਕ ਪੰਜਾਬ ਹੀ ਹੈ ਮੈਂ ਬਹੁਤ ਵਾਰੀ ਇਹ ਦੇਖਦਾ ਗੱਲ ਇਹ ਕਦੇ ਉੱਠਦਾ ਅਤੇ ਕਦੇ ਸ਼ਾਂਤ ਹੋ ਜਾਂਦਾ ਕਦੇ ਐਂ ਚੜ੍ਹ ਕੇ ਆਉਂਦਾ ਛੂਕਦਾ ਦਰਿਆ ਨੂੰ ਇਹ ਛੂਕੂਗਾ ਇਹ ਖੌਰੂ ਪਾਊਗਾ ਪੰਜਾਬ ਸਾਂਭਿਆ ਸੰਭਾਲਿਆ ਨਹੀਂ ਕਿਸੇ ਤੋਂ ਜਾਣਾ ਜੇ ਸਾਨੂੰ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਨੂੰ ਐਂ ਦੱਬ ਲਾਂਗੇ ਇਹ ਬਹੁਤ ਵੱਡਾ ਭੁਲੇਖਾ ਪਾਲੀ ਬੈਠੇ ਹੁਣ ਜਿਹੜੀ ਤੁਸੀਂ ਧੱਕੇ ਦੀ ਗੱਲ ਕਰ ਰਹੇ ਹੋ ਜ਼ੁਲਮ ਦੀ ਗੱਲ ਕਰ ਰਹੇ ਹੋ ਖੈਰੇ ਨਾਲ ਕੀ ਹੋ ਰਿਹਾ ਮੈਂ ਇਸ ਕਰਕੇ ਗੱਲ ਦਾ ਗਿਲਾ ਕੀਤਾ ਸੀ ਵੀ ਲੋਕ ਤਾਂ ਠੀਕ ਆ ਖੜ ਜਾਣਗੇ ਕਿੱਥੇ ਆ ਰਾਜੇ ਬੜੈਂਗ ਕਰਗੇ ਤੁਹਾਡਾ ਐਡਾ ਵੱਡਾ ਕਾਡਰ ਆ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਚਾਹੇ ਹਰ ਹਲਕੇ ਦੇ ਵਿੱਚੋਂ ਪੰਜ ਪੰਜ ਸੱਤ ਸੱਤ ਹਜ਼ਾਰ ਬੰਦਾ ਕੱਢ ਕੇ ਵੀ ਸੜਕਾਂ 'ਤੇ ਬਿਠਾ ਦਿਓ ਤਾਂ ਵੀ ਸਰਕਾਰ ਦੀ ਚੀਕ ਵੱਜ ਜਾਣੀ ਹੈ ਪਰ ਮਾੜੇ ਮੋਟੇ ਬਿਆਨ ਦੇ ਕੇ ਚੰਨੀ ਦਾ ਬਿਆਨ ਆ ਗਿਆ ਨਵਜੋਤ ਸਿੱਧੂ ਦਾ ਬਿਆਨ ਆ ਗਿਆ ਕਿਸੇ ਦਾ ਬਿਆਨ ਤੱਕ ਵੀ ਨਹੀਂ ਆਇਆ ਯਾਰ ਐਡਾ ਧੱਕਾ ਸ਼ਰੇ ਆ ਵਾ 195 ਏ ਲਾ ਕੇ ਜ਼ਮਾਨਤ ਹੋਣ ਤੋਂ ਬਾਅਦ ਦੁਬਾਰਾ ਚੱਕ ਕੇ ਜੇਲ੍ਹ ਸਿੱਟਤਾ ਉਹ ਦੇਖੋ ਹੁਣ ਤੁਸੀਂ ਹੋਰ ਦੇਖੋ ਜਿੰਨੇ ਨੌਜਵਾਨ ਮੁੰਡੇ ਕੋਈ ਜਦੋਂ ਅੰਮ੍ਰਿਤਪਾਲ ਸਿੰਘ ਭੀਰ ਲੈ ਕੇ ਚੱਲਿਆ ਉਹਨੇ ਅੰਮ੍ਰਿਤ ਵੀ ਛਕਾਏ ਉਹਨੇ ਨਸ਼ੇ ਤੋਂ ਬਹੁਤ ਨੌਜਵਾਨਾਂ ਨੂੰ ਪਾਸੇ ਮੋੜਿਆ ਬਹੁਤ ਨੌਜਵਾਨ ਦੀ ਜੁੜ ਕੇ ਉਹਦੇ ਨਾਲ ਉਹਦੇ ਇਕੱਠਾਂ 'ਚ ਜਾਂਦੀ ਸੀ ਸਰਕਾਰ ਨੇ ਨਿਸ਼ਾਨਦੇਹੀ ਕਰਕੇ ਪੁਲਿਸ ਨੇ ਨਿਸ਼ਾਨਦੇਹੀ ਕਰਕੇ ਵੀ ਫਲਾਣੇ ਫਲਾਣੇ ਬੰਦਿਆਂ ਨੇ ਪਿੰਡਾਂ ਦੇ ਵਿੱਚ ਇਹਦਾ ਪ੍ਰੋਗਰਾਮ ਰਖਾਇਆ ਸੀ ਸਮਾਗਮ ਰਖਾਇਆ ਸੀ ਉਹਨਾਂ ਨੂੰ ਫੜਨ ਲੱਗ ਗਈ ਆਹ ਪਿਛਲੇ 8-10 ਦਿਨਾਂ ਦੇ ਵਿੱਚ ਕਈ ਮੁੰਡੇ ਚੁੱਪ ਚਪੀਤੇ ਪੁਲਿਸ ਘਰਾਂ ਤੋਂ ਚੱਕ ਕੇ ਲੈ ਗਈ ਅਤੇ ਪਰਚੇ ਪਾ ਕੇ ਜੇਲ੍ਹਾਂ 'ਚ ਬੰਦ ਕਰਤੇ ਇਹ ਧੱਕਾ ਨਹੀਂ ਇਹ ਜ਼ੁਲਮ ਨਹੀਂ ਹੈਗਾ ਉਹਦੇ ਮਾਂ ਪਿਓ ਨੂੰ ਇੱਥੇ ਰੇਲਵੇ ਸਟੇਸ਼ਨ 'ਤੇ ਆਉਂਦੇ ਘੇਰ ਲੈਂਦੇ ਆ ਉਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਉਹ ਗੁਰਪ੍ਰੀਤ ਆ ਮੁੰਡਾ ਉਹਨੂੰ ਫੜ ਕੇ ਅੰਦਰ ਜੇਲ੍ਹ ਸਿੱਟ ਦਿੱਤਾ ਜਾਂਦਾ ਜਾਣੇ ਇਹ ਹਾਲਾਤ ਧੱਕੇਸ਼ਾਹੀ ਹੋ ਕਿਉਂ ਰਹੀ ਆ ਤੁਸੀਂ ਦੇਖੋ ਮੈਂ ਕਿਉਂ ਜਿਹੜਾ ਕੁਲਵੰਤ ਰਾਊਕੇ ਵਾਲਾ ਉਹਦੇ ਬਾਰੇ ਬੋਲਿਆ ਉਹਨੂੰ ਹਾਈ ਕੋਰਟ ਨੇ ਛੁੱਟੀ ਦਿੱਤੀ ਆਪਦੇ ਘਰੇ ਉਹਦੀ ਮੌਤ ਹੋਣ ਤੋਂ ਬਾਅਦ ਵੀ ਤੂੰ ਆਪਣੇ ਕਿਉਂਕਿ ਉਸੇ ਨੇ ਜਿਹੜੀਆਂ ਰਸਮਾਂ ਸੀਗੀਆਂ ਸਾਰੀਆਂ ਆਪਣੇ ਚਾਚੇ ਦੀਆਂ ਨਿਭਾਉਣੀਆਂ ਸੀਗੀਆਂ ਪਰਿਵਾਰ ਦੇ ਵਿੱਚ ਹੋਰ ਕੋਈ ਪਰਿਵਾਰਕ ਮੈਂਬਰ ਨਾ ਹੋਣ ਦੇ ਬਾਵਜੂਦ ਕਰਕੇ ਉਹ ਬੰਦੇ ਨੂੰ ਲਿਆ ਕੇ ਸੀ ਸਟਾਫ ਮੋਗੇ ਰੱਖਿਆ ਜਾਂਦਾ ਇੱਕ ਜੇਲ੍ਹ 'ਚੋਂ ਕੱਢਿਆ ਸੀ ਸਟਾਫ ਮੋਗੇ ਲਿਆ ਕੇ ਬੰਦ ਕਰਤਾ ਇਹੀ ਤਾਂ ਰੌਲਾ ਸਾਡੇ ਲੋਕ ਹਲੇ ਵੀ ਸਮਝ ਨਹੀਂ ਰਹੇ ਵੀ ਜਿਵੇਂ ਆਪਾਂ ਕਹਿੰਦੇ ਬੇਅੰਤਾ ਬੁੱਚੜ ਸੀ ਜਿਵੇਂ ਆਪਾਂ ਕਹਿੰਦੇ ਬਾਦਲਾਂ ਨੇ ਘਾਣ ਕੀਤਾ ਸਿੱਖੀ ਦਾ ਨੌਜਵਾਨੀ ਦਾ ਜਾਂ ਹੋਰ ਸਾਰੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਇਹ ਉਦੋਂ ਵੀ ਗਾਹਾਂ ਟੱਪ ਗਏ ਜਾਣੇ ਕਿਸੇ ਵੀ ਬੰਦੇ ਦੀ ਆਵਾਜ਼ ਨੂੰ ਇਹ ਬੋਲਣ ਨਹੀਂ ਦੇਣਾ ਚਾਹੁੰਦਾ ਹਰ ਬੰਦੇ ਦੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਹਰ ਬੰਦੇ ਨੂੰ ਇਹ ਦਬਾਉਣ ਨੂੰ ਜਿਹੜੇ ਬੰਦੇ ਉੱਥੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਸਾਰੇ ਬੰਦਿਆਂ ਨੂੰ ਚੱਕ ਕੇ ਜੇਲ੍ਹਾਂ ਸਿੱਟਣ ਨੂੰ ਫਿਰਦੇ ਆ ਜਾਂ ਮਰਵਾਉਣ ਦੀ ਕੋਸ਼ਿਸ਼ ਹੋ ਰਹੀ ਆ
ਇਹ ਚੱਲ ਰਿਹਾ ਪੰਜਾਬ ਦੇ ਅੰਦਰ। ਪਰ ਅੱਜ ਵੀ ਸਾਡੇ ਲੋਕ ਹਾਲੇ ਉਸ ਪੱਧਰ 'ਤੇ ਜਿਵੇਂ ਮੈਂ ਚਾਹੁੰਦਾ ਕਿ ਇਹ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ, ਬਾਹਰ ਨਿਕਲਣਾ ਚਾਹੀਦਾ, ਉਵੇਂ ਨਹੀਂ ਨਿਕਲ ਰਹੇ। ਹਾਲੇ ਲੋਕ ਘਰਾਂ 'ਚ ਬੈਠੇ ਆ, ਇਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਸਾਡੀ ਵਾਰੀ ਨਹੀਂ ਆਉਣੀ, ਵਾਰੀ ਸਭ ਦੀ ਆਉਣੀ ਹੈ। ਇਕੱਲਾ ਇਕੱਲਾ ਬੰਦਾ ਕੱਢ ਕੇ ਇਹ ਇਕੱਲੇ ਇਕੱਲੇ ਬੰਦੇ ਦਾ ਨਾ ਇਹਨਾਂ ਨੇ ਛਤਰ ਫੇਰਿਆ, ਇਕੱਲੇ ਇਕੱਲੇ ਬੰਦੇ ਨੂੰ ਨਾ ਜਲੀਲ ਕੀਤਾ, ਨਾ ਜੇਲ੍ਹਾਂ ਸੁੱਟਿਆ, ਨਾ ਤੁਹਾਡੇ ਸਾਰਾ ਆਹ ਕਾਰੋਬਾਰ ਤਬਾਹ ਕੀਤਾ, ਜ਼ਮੀਨਾਂ ਤੁਹਾਡੀਆਂ ਖੋਹੀਆਂ। ਤਾਂ ਮੈਨੂੰ ਕਿਹੋ ਨਹੀਂ ਕਿਹੋ ਨਾ, ਜੇ ਇਕੱਠੇ ਹੋ ਜਾਓਗੇ ਤਾਂ ਬਚ ਰਹੋਗੇ। ਇਸ ਤਰ੍ਹਾਂ ਕਿਉਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਉਹ ਰਾਉਕੇ ਨੂੰ ਉੱਥੇ ਰੱਖ ਲਿਆ, ਹਾਲਾਂਕਿ ਸਾਰੇ ਦੋਸ਼ ਸਾਬਿਤ ਹੋ ਗਏ। ਬਲਾਤਕਾਰੀ ਸੌਦਾ ਸਾਧ ਨੂੰ ਬਲਾਤਕਾਰ ਦੇ ਵਿੱਚ ਕਤਲ ਦੇ ਵਿੱਚ ਜੇਲ੍ਹ ਹੈ। ਜਦੋਂ ਉਹ ਆਉਂਦਾ ਉਹ ਤਾਂ ਬੜੇ ਗੀਤ ਗਾ ਕੇ ਚਲੇ ਜਾਂਦਾ, ਅਤੇ ਜਿਹੜੇ ਜਿਹੜੇ ਇੱਥੇ ਉਹਦੇ ਪੰਜਾਬ ਦੇ ਵਿੱਚ ਡੇਰੇ ਉਹਨਾਂ ਨੂੰ ਤਾਂ ਕਦੇ ਨਹੀਂ ਉਹ ਕੀਤਾ ਗਿਆ, ਲੌਕ ਕੀਤਾ ਗਿਆ। ਤਾਂ ਸਿੱਖਾਂ ਦੀ ਵਾਰ ਨੂੰ ਇਸ ਤਰ੍ਹਾਂ ਕਿਉਂ? ਹਾਲਾਂਕਿ ਭਗਵੰਤ ਸਿੰਘ ਤਾਂ ਇਹ ਕਹਿੰਦੇ ਵੀ ਮੈਂ ਪੰਜਾਬ ਦਾ ਪੋਤਾ, ਪੱਗ ਵੀ ਬੰਨ੍ਹਦੇ ਸਿਰ ਦੇ ਉੱਤੇ। ਦੇਖੋ, ਜਿਹੜੀ ਮਰਜ਼ੀ ਸਰਕਾਰ ਆ ਜੇ, ਇੱਥੇ ਇੱਥੇ ਕਾਂਗਰਸ ਵੀ ਰਹੀ, ਆਪਾਂ ਜਾਣਦੇ ਹਾਂ ਕਿਵੇਂ ਕਾਣ ਹੋਇਆ। ਇੱਥੇ ਬਾਦਲ ਵੀ ਰਹੇ ਜਿਹੜੇ ਅੱਜ ਕਹਿੰਦੇ ਆ ਪੰਜਾਬ ਬਚਾਵਾਂਗੇ, ਵੀ ਜਾੜਿਆ ਕਿਹਨੇ ਆ? ਅੱਜ ਉਹ ਗੱਲ ਹੈ ਜਿਹੜਾ ਬੰਦਾ ਕਹਿੰਦੇ ਅੱਗ ਲਾ ਕੇ ਲਾਂਬੂ ਲਾ ਕੇ ਪੰਜਾਬ ਨੂੰ ਹੁਣ ਬਾਲਟੀ ਚੱਕੀ ਫਿਰਦੇ ਆ ਪਾਣੀ ਵਾਲੀ, ਪੰਜਾਬ ਬਚਾਉਣ ਨੂੰ ਤੁਰੇ ਫਿਰਦੇ ਆ। ਹਾਲਾਤ ਦੇਖੋ ਇਹਨਾਂ ਲੋਕਾਂ ਦੇ, ਇਹਨਾਂ ਦਾ ਮਕਸਦ ਹੈ ਵੀ ਦੁਬਾਰਾ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ 'ਚ ਆ ਜਾਈਏ ਅਤੇ ਰਹਿੰਦਾ ਖੂੰਹਦਾ ਪੰਜਾਬ ਵੀ ਚੂੰਡ ਦੇਗੇ ਜਮ੍ਹਾਂ ਖਤਮ ਕਰ ਦੇਗੇ। ਹੁਣ ਇਹ ਸਾਡੇ ਲੋਕ ਸਮਝਣਗੇ ਕਦੋਂ? ਗਲਤੀ ਕਿਹਦੀ ਆ? ਕੀ ਆਪਾਂ ਬਾਦਲਾਂ ਦੀ ਗਲਤੀ ਮੰਨਣਗੇ? ਕੀ ਆਪਾਂ ਕਾਂਗਰਸੀਆਂ ਦੀ ਗਲਤੀ ਮੰਨਣਗੇ? ਜਾਂ ਆਪਾਂ ਭਵੰਤ ਦੀ ਗਲਤੀ ਮੰਨਣਗੇ? ਜਿਹੜੇ ਲੋਕ ਅੱਜ ਵੀ ਸਾਰਾ ਕੁਝ ਸਮਝਣ ਦੇ ਬਾਵਜੂਦ ਵੀ ਜਿੰਦਾਬਾਦ ਕਰਦੇ ਆ, ਰੈਲੀਆਂ 'ਚ ਇਕੱਠ ਕਰਦੇ ਆ, ਇਸੇ ਕਰਕੇ ਤਾਂ ਸਰਕਾਰ ਨੂੰ ਹੌਂਸਲਾ ਪੈਂਦੇ ਆ। ਉਹ ਟੋਹ ਕੇ ਦੇਖਦੇ ਆ, ਜੋ ਕੇ ਦੇਖਦੇ ਆ ਵੀ ਬੋਲਦੇ ਆ, ਬੁੜਕਦੇ ਆ। ਆਹ ਸਾਡੇ ਮੁੰਡੇ ਫੜ ਫੜ ਅੰਦਰ ਬੰਦ ਕਰ ਰਹੇ, NSA ਲੱਗ ਰਹੀ, UAPA ਲੱਗ ਰਿਹਾ, ਕਿੰਨੇ ਕੁ ਲੋਕ ਵਿਰੋਧ ਕਰਦੇ ਆ? ਬਿਆਨ ਤੱਕ ਨਹੀਂ ਆਉਂਦੇ। ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਕਾਲ ਤਖਤ ਸਾਹਿਬ ਆ, ਜਾਂ ਹੋਰ ਕਿੰਨੀਆਂ ਸੰਸਥਾਵਾਂ ਨੇ, ਬਿਆਨ ਤੱਕ ਨਹੀਂ ਦਿੰਦੇ। ਜਦੋਂ ਮਨੁੱਖੀ ਅਧਿਕਾਰਾਂ ਦਾ ਮਨੁੱਖਤਾ ਦਾ ਕਾਣ ਹੁੰਦਾ ਹੈ, ਉਦੋਂ ਅਜਿਹੇ ਇਕੱਠ ਕਿਉਂ ਨਹੀਂ ਹੁੰਦੇ ਜੀ? ਅੱਜ ਰੋਟੀ ਨੂੰ ਹਮੇਸ਼ਾ ਭੱਜ ਦਿੰਦੇ, ਫਿਰ ਇਹ ਜਥੇਬੰਦੀਆਂ ਉਦੋਂ ਕਿਉਂ ਨਹੀਂ ਹੋਕਾ ਦਿੰਦੀਆਂ ਜੀ? ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਮਸਲਾ ਇਕੱਲੀ ਕਿਸਾਨੀ ਦਾ ਨਹੀਂ ਹੈ, ਇਕੱਲੀਆਂ ਜ਼ਮੀਨਾਂ ਬਚਾਉਣ ਦਾ ਮਸਲਾ ਨਹੀਂ ਹੈ, ਮਸਲਾ ਸਾਡੀ ਜਵਾਨੀ ਨੂੰ ਬਚਾਉਣ ਦਾ ਵੀ ਹੈ। ਪ੍ਰਵਾਸ ਵੀ ਬਹੁਤ ਵੱਡਾ ਮਸਲਾ ਹੈ, ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮਸਲਾ। ਸਾਡੇ ਕੋਲ 15 ਸਾਲ ਦਾ ਪਾਣੀ ਬਚਿਆ, ਪਾਣੀ ਨਾ ਬਚਿਆ ਕਿਹੜੀਆਂ ਜ਼ਮੀਨਾਂ ਰਹਿਣੀਆਂ ਨੇ? ਬੰਜਰ ਹੋ ਜਾਣਾ। ਇੱਥੇ ਜਵਾਨੀ ਨਾ ਰਹੀ ਜਿਵੇਂ ਭੱਜ ਰਹੀ ਹੈ, ਬਾਹਰ ਨੂੰ ਪੰਜਾਬ ਖਾਲੀ ਹੋ ਰਿਹਾ ਅਤੇ ਪੰਜਾਬ ਸਾਂਭਣਾ ਪਈਆਂ ਨੇ, ਅਤੇ ਫਿਰ ਵੀ ਸਾਡੇ ਪੱਲੇ ਕੀ ਆ? ਇਹ ਸਾਰੀਆਂ ਗੱਲਾਂ ਨੂੰ ਲੈ ਕੇ ਸਾਨੂੰ ਲੜਨਾ ਪੈਣਾ। ਅਸੀਂ ਮੈਂ ਬਹੁਤ ਵਾਰੀ ਮੇਰੀ ਕਿਸਾਨ ਆਗੂਆਂ ਨਾਲ ਬੈਠ ਕੇ ਇਸ ਮਸਲਿਆਂ 'ਤੇ ਵਿਚਾਰਾਂ ਹੋਈਆਂ। ਮੈਂ ਕਿਹਾ ਜੀ ਆਪਾਂ ਇਕੱਲੀ ਕਿਸਾਨੀ 'ਤੇ ਰੌਲਾ ਪਾ ਲਿਆ, ਇਕੱਲੇ ਮੁਆਵਜ਼ੇ 'ਤੇ ਰੌਲਾ ਪਾ ਲੈਂਦੇ ਹਾਂ, ਮੁਆਵਜ਼ਾ ਮਿਲ ਜੇ, ਫਸਲਾਂ ਮਰ ਗਈਆਂ, ਫਸਲਾਂ ਦੇ ਭਾਅ ਦੇ ਦਿਓ, MSP ਦੇ ਦਿਓ, ਬਾਕੀ ਮਸਲੇ ਕਿੱਥੇ ਆ? ਮੈਂ ਕਹਿੰਦਾ ਜਿਹੜਾ ਪਾਣੀ ਦਾ ਮਸਲਾ ਸੀ ਅੱਜ ਸੋਚਣ ਲੱਗੇ ਹਾਂ, ਇਹ 20 ਸਾਲ ਪਹਿਲਾਂ ਸੋਚਣਾ ਚਾਹੀਦਾ ਸੀ। ਮੈਂ ਥਲੀ ਜਾ ਕੇ ਆ ਦੱਖਣ ਦੇ ਵਿੱਚ, ਪਾਣੀ ਉੱਥੇ ਖਤਮ ਆ। ਜਿਹੜਾ ਪਾਣੀ ਅੱਜ ਉੱਥੇ ਪੰਜਾਬੀ ਆਪਣੇ ਬੈਠੇ ਆ ਪਰਿਵਾਰ ਕਈ, ਉਹ ਕਹਿੰਦੇ ਬਈ ਅਸੀਂ 20 ਸਾਲ ਜਾਂ 25 ਸਾਲ ਪਹਿਲਾਂ ਦੱਖਣ 'ਚ ਆਏ ਹਾਂ, ਇੱਥੇ 100, 125, 150 ਫੁੱਟ 'ਤੇ ਪਾਣੀ ਸੀ, ਅੱਜ 1500 ਫੁੱਟ 'ਤੇ ਪਾਣੀ ਬਗਾ, ਸਾਰੇ ਬੋਰ ਖੜ ਗਏ। ਉਹਨਾਂ ਸਰਕਾਰਾਂ ਨੇ ਕੀ ਕੀਤਾ? ਦਰਿਆ ਦੇ ਸਮੁੰਦਰ ਦੇ ਕੰਢੇ ਵੱਡੇ ਵੱਡੇ ਉਹਨਾਂ ਨੇ ਟੋਭਿਆਂ ਨੂੰ ਥਾਂ ਪੱਟ ਲਏ, ਜਿੰਨਾ ਮੀਂਹਾਂ ਦਾ ਪਾਣੀ ਉੱਥੇ ਜਮ੍ਹਾਂ ਕਰਦੇ ਆ ਉਹ ਨਹਿਰਾਂ ਕੱਢਤੀਆਂ, ਲਿਫਟ ਪੰਪ ਨਾਲ ਚੱਕ ਕੇ ਪਾਣੀ ਨਹਿਰਾਂ 'ਚ ਪਾ ਕੇ, ਅਤੇ ਲੋਕਾਂ ਦੇ ਕਿਸਾਨਾਂ ਦੇ ਖੇਤਾਂ 'ਚ ਜੇ 10 ਏਕੜ ਪੈਲੀ ਹੈ, ਕਿੱਲਾ ਕੁ ਉਹਦਾ ਪੱਟਿਆ ਹੋਇਆ ਥੱਲੇ ਟੋ ਆਪਣਾ ਟੋਆ ਟੋਭਾ, ਉਹ ਕਿੱਲੇ 'ਚ ਪਾਣੀ ਜਮ੍ਹਾਂ ਕਰਦਾ, ਡ੍ਰਿਪ ਸਿਸਟਮ ਪਹਾਰਾ ਸਿਸਟਮ ਦੇ ਨਾਲ ਉਹ ਪਾਣੀ ਲਾਉਂਦੇ ਆ ਜੀ। ਇਹੀ ਸਕੀਮ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਦੱਖਣ ਨੇ ਸੋਚੀ ਹੁੰਦੀ, ਆਹ ਨੌਬਤ ਨਾ ਆਉਂਦੀ ਜੀ। ਇਹੀ ਸਕੀਮ ਅੱਜ ਅਸੀਂ ਸੋਚ ਲਗੇ ਵੀ ਅਸੀਂ ਝੋਨੇ ਦਾ ਬਦਲ ਲੈ ਕੇ ਆ ਗਏ, ਵਿਰੋਧ ਕਰ ਗਏ ਵੀ ਝੋਨਾ ਅਸੀਂ ਨਹੀਂ ਲਾਉਣਾ ਜੇ ਅਸੀਂ ਪਾਣੀ ਬਚਾਉਣਾ, ਅੱਜ ਵੀ ਅਸੀਂ ਪਹਾਰਾ ਸਿਸਟਮ 'ਤੇ ਆਈਏ। ਹੁਣ ਇਹਦਾ ਹੋਰ ਸੁਣ ਲਓ ਤੁਸੀਂ, ਹਾਲਾਤ ਦੇਖੋ। ਮੈਂ ਇੱਕ ਦਿਨ ਇਹਨਾਂ ਦਾ ਅਕਾਲੀ ਸੁਖਬੀਰ ਸਿੰਘ ਬੋਲਦਾ ਦੇਖਿਆ, ਬਾਦਲ ਕਹਿੰਦਾ ਜੀ ਸਾਡੀ ਸਰਕਾਰ ਲਿਆਓ ਕਨੈਕਸ਼ਨ ਦੇਵਾਂਗੇ।
ਸਾਡੇ ਲੋਕ ਖੁਸ਼ ਨੇ ਵੀ ਹਾਂ ਪਹਿਲਾਂ ਬਿਜਲੀ ਮੁਫ਼ਤ ਕਰਤੀ ਹੁਣ ਕਨੈਕਸ਼ਨ ਹੋਰ ਦੇਣਗੇ। ਉਹ ਕਨੈਕਸ਼ਨ ਦੇ ਕੇ ਤੁਹਾਡੇ ਕੋਲ ਮੈਂ ਵਾਰ ਵਾਰ ਕਹਿੰਦਾ ਤੁਹਾਡੇ ਦਰਿਆਵਾਂ ਦਾ ਪਾਣੀ ਖੋਹ ਲਿਆ ਅਗਲਿਆਂ ਨੇ, ਉਹ ਹਿਮਾਚਲ ਤੋਂ ਲੈ ਗਏ ਕੱਢ ਕੇ ਪਿੱਛੇ ਦੀ, ਉਹਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਧਰਤੀ ਹੇਠਲਾ ਪਾਣੀ 15 ਸਾਲ ਦਾ ਬਚਿਆ, ਤੁਹਾਡੀਆਂ ਨਸਲਾਂ ਨੇ ਫਸਲਾਂ ਨੂੰ ਰੋਂਦੇ ਆ, ਨਸਲਾਂ ਨੇ ਤੁਹਾਡੀਆਂ ਤਿਹਾਏ ਪਿਆਸੇ ਮਰ ਜਾਣਾ ਤੜਫ ਤੜਫ ਕੇ, ਉਹ ਗੱਲ ਤਾਂ ਸੋਚ ਲਓ। ਤੁਸੀਂ ਇਹ ਨਹੀਂ ਜਵਾਬ ਦੇ ਸਕਦੇ ਵੀ ਸਾਨੂੰ ਕਨੈਕਸ਼ਨਾਂ ਦੀ ਨਹੀਂ ਲੋੜ, ਸਾਡਾ ਪਾਣੀ ਬਚਾ ਕਿਵੇਂ ਬਚਾਏਗਾ? ਅੱਜ ਆਪਾਂ ਛੱਡ ਕੇ ਖੁੱਲ੍ਹਾ ਪਾਣੀ ਵਾਹਣ ਭਰੀ ਜਾਂਦੇ ਹਾਂ। ਮੈਂ ਕਹਿੰਦਾ ਇਹ ਵਿਚਾਰਾਂ ਇੱਥੇ ਹੋਣੀਆਂ ਚਾਹੀਦੀਆਂ ਨੇ, ਇੱਥੇ ਕਿਸਾਨ ਇਕੱਠੇ ਹੋਏ ਆ, ਇਹ ਲੋਕਾਂ ਨੂੰ ਹਦਾਇਤ ਹੋਣੀ ਚਾਹੀਦੀ ਆ। ਇਹ ਬਹੁਤੇ ਮੇਰਾ ਇਸ ਗੱਲ ਦੇ ਵਿਰੋਧ ਵੀ ਕਰਦੇ ਆ, ਆਟੋਮੈਟਿਕ ਲਾ ਕੇ ਘਰ ਆ ਜਾਂਦੇ ਆ, ਖੁੱਲ੍ਹੇ ਛੱਡ ਕੇ ਵਾਹਣ ਭਰੀ ਜਾਂਦੇ ਆ। ਫਿਰ ਇਹ ਕਹਿਣਗੇ ਫੈਕਟਰੀਆਂ ਕਿਹੜਾ ਪਾਣੀ ਨਹੀਂ ਬਰਬਾਦ ਕਰਦੀਆਂ, ਆਪਾਂ ਮੰਨਦੇ ਹਾਂ ਫੈਕਟਰੀਆਂ ਬਰਬਾਦ ਕਰਦੀਆਂ ਕੀ ਆਪਾਂ ਰੀਸ ਕਰਕੇ ਆਪਾਂ ਹੀ ਪੰਜਾਬ ਨੂੰ ਜਾੜਨਾ, ਬੰਜਰ ਬਣਾਉਣਾ ਪੰਜਾਬ ਨੂੰ, ਆਪਾਂ ਉਹ ਵੀ ਰੋਕਣਾ, ਆਪਾਂ ਇਹ ਵੀ ਰੋਕਣਾ। ਇਹ ਸਾਰੇ ਤਮਾਮ ਉਹ ਮਸਲੇ ਨੇ ਜਿੱਥੇ ਬੈਠ ਕੇ ਵਿਚਾਰਾਂ ਹੋਣ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਕਿਵੇਂ ਬਚਾਉਣਾ। ਤੁਸੀਂ ਇੱਕ ਗੱਲ ਕਹੀ ਵੀ ਬਾਦਲਾਂ ਨੇ ਵੀ ਕੌਮ ਦਾ ਬੇੜਾ ਗਰਕ ਕੀਤਾ, ਪਿਛਲੀ ਵਾਰ ਇੰਟਰਵਿਊ 'ਚ ਵੀ ਬੋਲੇ, ਉਦੋਂ ਉਹਨਾਂ ਦਾ ਆਪਣਾ ਵਰਸ਼ਨ ਵੀ ਨਹੀਂ ਆਇਆ ਸੀਗਾ, ਪਰ ਉਹਨਾਂ ਨੇ ਹੁਣ ਸਪਸ਼ਟੀਕਰਨ ਵੀ ਦਿੱਤਾ ਜਥੇਦਾਰ ਕੌਂਕੇ ਦੇ। ਉਹ ਕਹਿੰਦੇ ਰਿਪੋਰਟ 2010 ਦੀ ਜਿਹੜੀ ਹੈਗੀ RTI ਪਾ ਕੇ ਤੁਸੀਂ ਬਾਦਲਾਂ ਦੀ ਸਰਕਾਰ ਵੇਲੇ ਲਈ ਹੋਈ ਹੈ, ਜੇ ਬਾਦਲਾਂ ਨੇ ਹੀ ਇਹ ਕੀਤਾ ਹੁੰਦਾ ਫਿਰ ਆਪਾਂ ਤਾਂ RTI ਪਾ ਕੇ ਤੁਹਾਨੂੰ ਦਿੰਦੇ ਹੀ ਨਾ। ਜਦੋਂ ਸੁਮੇਧ ਸੈਣੀ ਬੀੜੀ ਪੀ ਕੇ ਦੇ ਧੂੰਆਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੂੰਹ 'ਤੇ ਮਾਰਦਾ ਅਤੇ ਵੱਟ ਕੇ ਚਪੇੜ ਮਾਰਦਾ ਜਥੇਦਾਰ, ਅਤੇ ਉਦੋਂ ਬਾਅਦ ਤਸ਼ੱਦਦ ਹੁੰਦਾ ਜਥੇਦਾਰ ਦੇ ਉੱਤੇ, ਤੁਹਾਨੂੰ ਫਰਕ ਸਾਨੂੰ ਪਤਾ ਹੀ ਹੈ ਕਿਵੇਂ ਹੁੰਦਾ। ਉਹਨੂੰ ਸੈਣੀ ਨੂੰ DGP ਕਿਹਨੇ ਲਾਇਆ, ਜਿਹੜਾ ਸਾਡੇ ਸਿੱਖਾਂ ਨੂੰ ਜਲੀਲ ਕਰਕੇ ਸਾਡੇ ਨੌਜਵਾਨ ਮੁੰਡਿਆਂ ਦੇ ਮੁਕਾਬਲੇ ਬਣਾਉਂਦਾ ਰਿਹਾ, ਸਾਡੀਆਂ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਰਹੀਆਂ, ਥਾਣੇ 'ਚ ਨੰਗਿਆਂ ਕਰਕੇ, ਇੱਕ ਨੌਜਵਾਨ ਕੁੜੀਆਂ ਨੂੰ ਨੰਗੇ ਕਰਕੇ ਉੱਤੇ ਪਿਓ ਜਾਂ ਭਰਾ ਨੂੰ ਪਾਇਆ ਜਾਂਦਾ ਰਿਹਾ, ਉਹਨਾਂ ਨੂੰ DGP ਕਿਹਨੇ ਲਾਇਆ, SSP ਕਿਹਨੇ ਲਾਇਆ, ਸਟਾਰ ਕਿਹਨੇ ਲਾਏ, ਫੀਤੀਆਂ ਕਿਹਨੇ ਲਾਈਆਂ, ਉਹਦੇ ਕਿਹਨੇ ਬਖਸ਼ੇ, ਇਹਦਾ ਜ਼ਿੰਮੇਵਾਰ ਕੌਣ ਹੈ? ਬਾਦਲ ਨਹੀਂ, ਇਜ਼ਹਾਰ ਆਲਮ ਕੌਣ ਸੀ? ਦੇਣ ਜਵਾਬ। ਤੂੰ ਅਸਲ ਮੈਂ ਇੰਟਰਵਿਊ ਵੀ ਆਪਣੇ ਚਿਹਤਿਆਂ ਕੋਲ ਦਿੰਦੇ ਆ ਜਿਹੜੇ ਰਲ ਮਿਲ ਕੇ ਸਵਾਲ ਪੁੱਛਦੇ ਆ, ਤੂੰ ਇੰਟਰਵਿਊ ਲੈ ਕੇ ਜਾ ਕੇ ਪੁੱਛੇ ਨਾ ਲੋਕਾਂ ਨੂੰ, ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ, ਕਿਆ ਗੱਲ ਸੁਣੋ, ਆਹ ਗੱਲਾਂ ਦਾ ਜਵਾਬ ਹੈ? ਜਹਾਰ ਆਲਮ ਦੀ ਗੱਲ ਦਾ ਜਵਾਬ ਦਿਓਗੇ, ਜਿਹਨੇ ਆਲਮ ਸੈਨਾ ਬਣਾ ਕੇ ਸਾਡੇ ਚੱਕ ਚੱਕ ਮੁੰਡੇ ਮਾਰੇ, ਉਹਨੂੰ ਟਿਕਟਾਂ ਦੇ ਕੇ, ਚੇਅਰਮੈਨੀਆਂ ਦੇ ਕੇ, ਵਜ਼ੀਰੀਆਂ ਦੇ ਕੇ, ਮੰਤਰੀ ਕਿਹਨੇ ਬਣਾਇਆ, ਰਿਪੋਰਟ ਦੱਬੀ ਕਿਹਨੇ ਕੌਂਕੇ ਦੀ, 98 'ਚ ਰਿਪੋਰਟ ਆ ਗਈ, 99 'ਚ ਦੱਬੀ ਫਿਰ ਕਿਹਨੇ, ਕਿਉਂ ਨਹੀਂ ਕਾਰਵਾਈ ਹੋਈ, ਕਿਉਂ ਬੰਦਾ ਨਹੀਂ? ਕਾਰਵਾਈ ਤਾਂ ਨਹੀਂ ਹੋਈ, ਕਹਿੰਦੇ ਰਿਪੋਰਟ ਤਾਂ ਲਿਖਿਆ ਸੀਗਾ ਵੀ ਕਿਸੇ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ, ਕੋਈ ਉਹਨਾਂ ਦੇ ਨਾਲ ਮਾਰਕੁੱਟ ਨਹੀਂ, ਕੋਈ ਤਸ਼ੱਦਦ ਨਹੀਂ, ਕਹਿੰਦੇ ਇਸ ਕਰਕੇ ਅਸੀਂ ਤਾਂ ਰਿਪੋਰਟ ਨਹੀਂ ਜਨਤਕ ਕੀਤੀ ਨਾ ਲੋਕਾਂ ਨੂੰ ਦਿਖਾਈ। ਔਰ ਰਿਪੋਰਟ ਹੁਣ ਪੜ੍ਹ ਲਓ, ਤਵਾੜੀ ਵੈਸੇ ਬਹੁਤ ਗੱਲਾਂ ਲੁਕੋ ਗਿਆ, ਘੋਟਨੇ ਵਰਗਿਆਂ ਨੂੰ ਲੁਕੋ ਗਿਆ, ਸੈਣੀ ਵਰਗਿਆਂ ਨੂੰ ਲੁਕੋ ਗਿਆ, DSP ਜਿਹੜਾ ਸੋਢੀ ਸੀ ਉਹਨੂੰ ਲੁਕੋ ਗਿਆ, ਗੁਰਮੀਤ ਨੂੰ, ਉਹਨੇ SHO ਦੇ ਖਿਲਾਫ਼ ਤਾਂ ਲਿਖਿਆ ਨਾ 302 ਦਾ ਪਰਚਾ, SHO ਦੇ ਖਿਲਾਫ਼ 302 ਦਾ ਪਰਚਾ, ਅਤੇ 28 ਬੰਦਿਆਂ ਦੇ ਖਿਲਾਫ਼ ਪੜਤਾਲ ਕਰਕੇ ਜਿਹੜੀ ਇਹਦੀ ਕਾਰਵਾਈ ਕਰਨੀ ਚਾਹੀਦੀ ਹੈ, ਉਹ ਫਿਰ ਕਿਉਂ ਨਹੀਂ ਕੀਤੀ ਕਾਰਵਾਈ, ਦੱਬੀ ਕਿਉਂ ਰਿਪੋਰਟ? ਉਹ ਅਗਲੀ ਗੱਲ ਆਪਾਂ ਵਾਰ ਵਾਰ ਇਹਨਾਂ ਦੇ ਐਡੇ ਉਹ ਗਰੇਵਾਲ, ਇਹਨਾਂ ਦਾ ਇੱਕ ਗੁਰਚਰਨ ਸਿੰਘ ਵਾਲਿਆਂ, ਸ਼ਰੇਆਮ ਯਾਰ ਗੁਰੂ ਦੀ ਤਾਬਿਆ 'ਚ ਬੈਠ ਕੇ ਅੰਮ੍ਰਿਤ ਛੱਕ ਕੇ ਝੂਠ ਬੋਲੀ ਜਾਂਦੇ ਆ ਕਿ ਅਸੀਂ ਤਾਂ ਕਹਿ ਹੀ ਨਹੀਂ, ਇਹ ਫਰਮਾਨ ਨਹੀਂ, ਜਦੋਂ ਚਿੱਠੀ ਸਾਹਮਣੇ ਆ ਗਈ ਉਹ ਕਹਿੰਦੇ ਮੈਨੂੰ ਪਤਾ ਨਹੀਂ, ਅਣਜਾਣ ਪੁਣੇ ਜਿਵੇਂ ਤੋਂ ਕਹਿ ਕੇ ਮਾਫ਼ੀ ਮੰਗ, ਮੁੜ ਕੇ ਇਹਨਾਂ ਗੱਲਾਂ ਦੀਆਂ ਮਾਫ਼ੀਆਂ 'ਤੇ ਆ ਜਾਂਦੇ ਆ। ਮਾਫ਼ੀ ਇਹ ਦਿਲੋਂ ਨਹੀਂ ਮੰਗ ਰਹੇ ਵੀ ਅਸੀਂ ਕੁਝ ਸੱਚੋ ਦਿਲੋਂ ਬਾਕੀ ਨੂੰ ਪਛਤਾਵਾ ਹੋਵੇ ਮਾਫ਼ੀ ਮੰਗ ਰਹੇ, ਸਿਰਫ ਅਤੇ ਸਿਰਫ ਕੁਰਸੀ ਹਾਸਲ ਕਰਨ ਲਈ ਮਾਫ਼ੀਆਂ ਮੰਗੀਆਂ ਜਾ ਰਹੀਆਂ ਨੇ। ਪਰ ਉਹ ਕਹਿੰਦੇ 97 ਦੇ ਮੁਤਾਬਕ ਵਾਅਦੇ ਪੂਰੇ ਕੀਤੇ, 97 ਦੇ ਵਿੱਚ ਮੁਕਾਬਲੇ ਕਿਹਾ, ਕਹਿੰਦੇ ਜਿਹੜੇ ਵਫਦ ਆਇਆ ਮਿਲਣ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਉਹਨਾਂ ਦੇ ਮੁਤਾਬਕ ਬੰਟੀ ਰੋਮਾਣਾ ਨੇ ਸਾਰੀ ਸਪਸ਼ਟ ਕੀਤਾ, ਉਹ ਕਹਿੰਦੇ ਕਦੇ ਅੱਜ ਤੱਕ ਹੋਇਆ ਵੀ ਉਹਨਾਂ ਦੇ ਮੁਤਾਬਕ ਕਮੇਟੀ ਬਣੀ ਹੋਵੇ? BP ਤਿਵਾੜੀ ਦੀ ਉਹਨਾਂ ਨੇ ਕਿਹਾ ਵੀ ਲੀਡ ਕਰਨਗੇ, ਕਹਿੰਦੇ BP ਤਿਵਾੜੀ ਲਗਾਇਆ ਜਾ,
ਤੂੰ ਜਿਹੜੇ ਵੀ ਇਹਨਾਂ ਦੇ ਬੰਦੇ ਆ, ਇੱਕ ਦਿਨ ਆਪਾਂ ਵਿਚਾਰ ਚਰਚਾ ਰੱਖ ਲਾ, ਬਿਠਾ ਮੂਹਰੇ, ਇੱਕ ਵੀ ਗੱਲ ਦਾ ਜਵਾਬ ਦੇ ਦੇਣ। ਇਹਨਾਂ ਨੇ ਇੱਕ ਗੁਨਾਹ ਕੀਤਾ, ਇਹਨਾਂ ਨੇ ਗੁਨਾਹਾਂ ਦੀ ਲਿਸਟ ਸੂਚੀ ਇੰਨੀ ਲੰਮੀ ਹੈ ਆਪਾਂ ਗਿਣਦੇ ਗਿਣਦੇ ਥੱਕ ਜਾਂਗੇ। ਇੱਕ ਗੁਨਾਹ ਨਹੀਂ ਕੀਤਾ। ਅੱਜ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਐਡਾ ਘਾਣ ਕਰਾ ਕੇ ਆਪਣੀ ਜਵਾਨੀ ਦਾ, ਆਪਣੇ ਜਹੇਦਾਰਾਂ ਦਾ, ਆਪਣੇ ਕੌਮ ਦੇ ਯੋਧਿਆਂ ਦਾ ਜੇ ਅੱਜ ਵੀ ਜਿੰਦਾਬਾਦ ਕਰਨੀ ਹੈ ਤਾਂ ਤੁਹਾਡੇ ਵਰਗੀਆਂ ਮਰੀਆਂ ਜ਼ਮੀਰਾਂ ਦੇ ਲੋਕ ਨਹੀਂ ਹੈਗੇ। ਫਿਰ ਉਹ ਬਡਾਲੇ ਨਾਲ, ਬਡਾਲੇ ਵਾਲੀ ਗੱਲ ਤਾਂ ਸਾਹਮਣੇ ਆ ਗਈ ਨਾ। ਬਡਾਲੇ ਦੇ ਉੱਤੇ ਭਾਈ ਬਲਦੇਵ ਸਿੰਘ ਬਡਾਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਬਾਅ ਪਾਉਂਦੀ ਹੈ ਵੀ ਤੂੰ ਘੋਟਨੇ ਦਾ ਜਾ ਕੇ ਅੰਤਮ ਅਰਦਾਸ ਤੂੰ ਕਰਨੀ ਹੈ, ਜਾ ਕੇ ਘੋਟਨੇ ਦੀਆਂ ਭੋਗ ਦੀਆਂ ਰਸਮਾਂ ਤੂੰ ਕਰਨੀਆਂ ਨੇ। ਉਹ ਚਿੱਠੀ ਆ ਗਈ ਕਿ ਨਹੀਂ ਆ ਗਈ? ਉਦੋਂ ਕੌਣ ਮੁੱਕਰੂਗਾ? ਅਤੇ ਸ਼੍ਰੋਮਣੀ ਕਮੇਟੀ ਕੀ ਬਾਦਲ ਤੋਂ ਬਾਹਰ ਆ? ਘੋਟਨਾ ਬਾਦਲ ਦੇ ਬੈਡਰੂਮ ਤੱਕ ਜਾਂਦਾ ਸੀ, ਇਹਦਾ ਗੱਲਾਂ ਸਾਰਿਆਂ ਨੇ ਦੱਸਤੀਆਂ, ਜਿਹੜਾ ਵਫਦ ਮਿਲ ਕੇ ਆਇਆ ਸੀ। ਅਤੇ ਇੱਥੋਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਅਕਾਲਤਾ ਸਾਹਿਬ ਦੇ ਜਹੇਦਾਰ ਨੇ, ਚੰਡੀਗੜ੍ਹ ਸੁਖਬੀਰ ਦੀ ਕੋਠੀ ਮੂਹਰੇ ਬੈਠੇ ਦੋ ਦੋ ਚਾਰ ਚਾਰ ਘੰਟੇ ਉਡੀਕ ਕਰੀ ਜਾਂਦੇ ਹੁੰਦੇ ਸੀਗੇ ਵੀ ਮਿਲਣ ਆਏ ਆ। ਇੱਥੋਂ ਤੱਕ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਥੋਂ ਤੱਕ ਲਿਆਉਂਦਾ, ਅਤੇ ਅਕਾਲਤਾ ਸਾਹਿਬ ਨੂੰ ਇੱਥੋਂ ਤੱਕ ਇਹਨਾਂ ਨੇ ਥੱਲੇ ਲਿਆਉਂਦਾ। ਅਕਾਲਤਾ ਸਾਰਾ ਜਹੇਦਾਰ, ਉਹ ਜਹੇਦਾਰ ਜਿਹੜਾ ਸਮੇਂ ਦੇ ਰਾਜੇ ਦੇ ਕੋਲ ਦੇ ਮਾਰ ਸਾਰਾ ਸਜ਼ਾ ਦੇ ਸਾਰਾ ਮਹਾਰਾਜੀਤ ਸਿੰਘ ਨੂੰ ਬੰਨ ਕੇ ਅਤੇ ਉਹਨਾਂ ਨੂੰ ਲਿਆ ਕੇ ਪੈਰਾਂ 'ਚ ਬਿਠਾਤਾ। ਇਹ ਦੁਰਦਸ਼ਾ ਕਰਨ ਵਾਲਾ ਸਿੱਖੀ ਦੀ ਕੌਣ ਆ? ਇਹ ਜਵਾਬ ਦੇਣਗੇ ਨਾ ਇੱਕ ਗੱਲ ਦਾ? ਕਿਸੇ ਗੱਲ ਦਾ ਜਵਾਬ ਦੇਣਗੇ? ਕਿਹੜੀ ਗੱਲ ਦਾ ਜਵਾਬ ਦੇਣਗੇ? ਤੂੰ ਆਪਣੇ ਸਾਹਮਣੇ ਰੱਖ ਲਈ, ਕਦੇ ਵਿਚਾਰ ਚਰਚਾ ਆਪਾਂ ਕਰ ਲਾਂਗੇ ਕਿ ਆਓ ਬੈਠੋ। ਇੱਥੇ ਕੋਈ ਵੀ ਨਹੀਂ ਬੰਦਾ, ਸਾਰੇ ਬੰਦਿਆਂ ਨੇ ਅਸਲ ਤਾਂ ਸਾਡੀ, ਮੈਂ ਵਾਰ ਵਾਰ ਇਹ ਗੱਲ ਲੋਕਾਂ ਦੇ ਕਿਉਂ ਲਿਆ ਕੇ ਸਿੱਟਦਾ, ਕਿਉਂਕਿ ਜਦੋਂ ਜਿੰਨਾ ਚਿਰ ਅਸੀਂ ਇਹਨਾਂ ਲੋਕਾਂ ਗਦਾਰਾਂ ਦੇ ਮਗਰ ਤੁਰੇ ਫਿਰਾਂਗੇ, ਜਿੰਦਾਬਾਦ ਕਰਦੇ ਫਿਰਾਂਗੇ, ਇਹਨਾਂ ਨੇ ਆਈਂ ਹਰ ਵਾਰ ਦਾਅ ਲਾ ਕੇ ਫਾਇਦਾ ਉਠਾਉਣਾ ਅਤੇ ਨੁਕਸਾਨ ਸਾਡੇ ਪੰਜਾਬ ਦਾ, ਪੰਜਾਬੀਅਤ ਦਾ, ਕੌਮ ਦਾ, ਸਿੱਖਾਂ ਦਾ ਕਰਨਾ। ਬਿਲਕੁਲ, ਅੱਜ ਲੱਖਾ ਸਿੰਘ ਆਪਣੇ ਪੁੱਤਰ ਦੇ ਨਾਲ ਆਏ, ਆਜ਼ਾਦ ਸਿੰਘ। ਆਜ਼ਾਦ ਸਿੰਘ ਤੁਹਾਡਾ ਨਾਮ? ਹਾਂ। ਕਿੰਨੇ ਸਾਲ ਦੇ ਹੋ? 8। ਅੱਜ ਕੀ ਕਰਨ ਆਏ ਫਿਰ? ਬਾਪੂ ਨਾਲ ਆਇਆ। ਬਾਪੂ ਨਾਲ? ਬਾਪੂ ਨੂੰ ਕਦੇ ਇਹ ਨਹੀਂ ਕਿਹਾ ਵੀ ਬਾਪੂ ਨਾ ਬੋਲੇ ਕਰ ਇੰਨਾ, ਜਾਂ ਘਰ ਨਹੀਂ ਵੜਦਾ ਬਾਪੂ ਜਦੋਂ ਉਦੋਂ ਕਹਿੰਦਾ ਨਹੀਂ ਤੂੰ? ਨਾ। ਕਿਉਂ? ਬਾਪੂ ਆਦੇ ਹੱਕ 'ਚ ਰਹਿੰਦਾ। ਹੈਂ? ਬਾਪੂ ਆਦੇ ਹੱਕ 'ਚ ਰਹਿੰਦਾ। ਬਾਪੂ ਹੱਕ ਦੇ ਵਿੱਚ ਰਹਿੰਦਾ? ਬਾਪੂ ਦੇ ਹੱਕ ਦੇ ਵਿੱਚ ਰਹਿੰਦਾ ਤੂੰ ਵੀ? ਹਾਂ। ਤੂੰ ਨਹੀਂ, ਬਾਪੂ ਨੂੰ ਤਾਂ ਕਿਹਾ ਨਹੀਂ ਅੱਜ ਤੱਕ ਵੀ ਬਾਪੂ, ਤੂੰ ਬਾਪੂ ਕਹਿੰਦਾ ਵੈਸੇ ਵੀ? ਅੱਜ ਕੱਲ੍ਹ ਡੈਡ ਕਹਿੰਦੇ ਅੱਜ ਕੱਲ੍ਹ ਤਾਂ, ਉਹ ਨਹੀਂ ਕਹਿੰਦਾ? ਤੂੰ ਬਾਪੂ ਨੂੰ ਕਦੇ ਕਿਹਾ ਨਹੀਂ ਜਦੋਂ ਵੀ ਆਉਂਦਾ ਬਾਪੂ ਵੀ ਯਾਰ ਛੱਡ ਕੀ ਬੋਲੀ ਜਾਂਦੇ, ਜਾਂ ਮੰਮੀ ਨੇ ਨਹੀਂ ਕਦੇ ਕਿਹਾ? ਨਾ, ਨੇ ਕਿਹਾ ਕਰੀ ਜਾਣਾ, ਕਰੀ ਜਾਓ। ਮੈਂ ਨਾ ਇੱਕ ਗੱਲ ਜਵਾਕ 'ਤੇ ਆ ਜਾਂਦੀ ਆ, ਚਲੋ ਤੂੰ ਜਵਾਕ ਦਾ ਇੱਕ ਪੁੱਛਣ ਲੱਗਾ ਤਾਂ ਮੇਰੇ ਗੱਲ ਚੇਤੇ ਆ ਗਈ। ਮੈਂ ਨਾ ਜਦੋਂ ਥਲੀ ਮੇਰੇ ਦਾ ਦਿੱਲੀ ਪਰਚਾ ਹੋਇਆ ਨਾ, ਅਤੇ ਮੈਂ ਇੱਧਰ ਮਾਝੇ ਵੱਲ ਰਿਹਾ, ਗੁਰਦਾਸਪੁਰ ਤਰਨ ਤਾਰਨ ਵਾਲੇ ਪਾਸੇ। ਉਹ ਦਲੇਰ ਨੇ ਲੋਕ ਮਾਲਵੇ ਦੇ, ਠੀਕ ਆ, ਹੁਣ ਮਾਲਵਾ ਹੌਲੀ ਹੌਲੀ ਹੋ ਰਿਹਾ, ਪਰ ਉਹ ਲੋਕ ਕਿਉਂ ਦਲੇਰ ਹੈ, ਇਹਦਾ ਕੀ ਕਾਰਨ ਆ? ਉਹਨਾਂ ਲੋਕਾਂ ਨੇ ਆਪਣੇ ਘਰਾਂ 'ਚ ਪੁਲਿਸ ਆਮ ਹੀ ਦੇਖੀ ਹੈ, ਕਿਸੇ ਨੂੰ ਫੜ ਕੇ ਲੈ ਗਏ 80-90 ਦੇ ਦੌਰ 'ਚ, ਕੋਈ ਮੁਕਾਬਲਾ ਹੋ ਰਿਹਾ, ਕਿਸੇ ਨੇ ਪਰਚਾ ਪੈ ਗਿਆ, ਉਹ ਉਹਨਾਂ ਲੋਕਾਂ ਨੇ ਹਾਲਾਤਾਂ ਨੂੰ ਹੰਢਾਇਆ। ਤਾਂ ਮੈਂ ਹਮੇਸ਼ਾ, ਮੇਰੀ ਕੋਸ਼ਿਸ਼ ਹੁੰਦੀ ਹੈ ਅਤੇ ਮੇਰਾ ਸੁਨੇਹਾ ਵੀ ਆ ਲੋਕਾਂ ਨੂੰ ਵੀ ਆਪਣੇ ਜਵਾਕਾਂ ਨੂੰ ਇਹਨੇ ਬੁਜ਼ਦਲ 'ਤੇ ਕਹਿਰ ਨਾ ਬਣਾਓ, ਇਹਨੂੰ ਦਿਖਾਓ ਜਿਹੜੇ ਘਰਾਂ ਦੇ ਵਿੱਚ ਹਾਲਾਤ, ਜਿਹੜੇ ਘਰਾਂ 'ਚ ਮਾਹੌਲ ਇਹੋ ਜਿਹਾ ਹੁੰਦਾ, ਪੁਲਿਸਾਂ ਦਾ ਆਉਣਾ ਜਾਣਾ, ਪਰਚਾ ਪੈ ਗਿਆ, ਆਹ ਹੋ ਗਿਆ, ਉਹ ਹੋ ਗਿਆ, ਉਹਨਾਂ ਦੇ ਜਵਾਕ ਵੀ ਦਲੇਰ ਹੁੰਦੇ ਆ, ਉਹਨਾਂ ਦੀਆਂ ਬੁੜੀਆਂ ਵੀ ਦਲੇਰ ਹੁੰਦੀਆਂ। ਅਸੀਂ ਜਵਾਕਾਂ ਨੂੰ ਦੂਰ ਰੱਖਦੇ ਹਾਂ। ਮੇਰੀ ਅੱਜ ਤਰੀਕ ਸੀਗੀ ਬਠਿੰਡੇ, ਉਹ ਪੰਜਾਬੀ ਮਾਂ ਬੋਲੀ ਜਿਹੜੇ ਪੋਚੇ ਮਾਰੇ ਸੀ, ਮੈਨੂੰ ਉੱਥੇ ਵੀ ਲੈ ਗਿਆ। ਮੈਂ ਕਹਿੰਦਾ ਕੋਰਟ ਕਚਹਿਰੀਆਂ ਨਾਲ ਵੀ, ਇਹਦਾ ਥਾਣਿਆਂ ਨਾਲ ਵੀ, ਇਹਦਾ ਸੰਘਰਸ਼ਾਂ ਨਾਲ ਬਾਹ ਹੁਣ ਤੋਂ ਪੈਣਾ ਚਾਹੀਦਾ, ਪਰ ਅਸੀਂ ਇਹ ਪਾਉਂਦੇ ਨਹੀਂ। ਅਸੀਂ ਜਵਾਕਾਂ ਨੂੰ ਬਹੁਤ ਸੋਹਲ ਜਿਹੇ ਬਣਾ ਲਿਆ,
ਅੱਜ ਵੀ ਇੱਥੇ ਆਏ ਹੋਣੇ ਵੀ ਛੱਡ ਯਾਰ ਤੂੰ ਨਾ ਜਾਏ, ਉੱਥੇ ਸੀਆਈਡੀ ਵਾਲੇ ਵੀ ਆਉਣੇ ਆ, ਤੂੰ ਘਰੇ ਰਹਿ ਵੀ। ਅਸੀਂ ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਆਪਣੇ ਜਵਾਕਾਂ ਨੂੰ ਜੋੜਦੇ ਨਹੀਂ ਇਸ ਚੀਜ਼ ਦੇ ਨਾਲ, ਤੁਹਾਡੇ ਜਵਾਕਾਂ ਨੇ ਓਨਾ ਚਿਰ ਹੀਰੇ ਨਹੀਂ ਬਣਨਾ, ਉਹੀ ਕਮਜ਼ੋਰ ਜੇ ਕੈਰ ਡਰਪੋਕ ਜੇ ਵੱਡੇ ਹੋਏ। ਪਤਾ ਕੀ ਹੁੰਦਾ, ਆਪਾਂ ਮੰਨ ਲਓ ਮੈਂ ਜਾਂ ਤੁਸੀਂ ਜਾਂ ਮੇਰੀ ਜਿਹੜੀ ਉਮਰ ਦੇ ਬੰਦੇ ਮੁੰਡੇ ਨੌਜਵਾਨ ਹੋਣੇ ਆ, ਆਪਾਂ ਨੂੰ ਬਾਪੂ 5 ਰੁਪਏ ਮਾਂ ਦਾ ਆਪਾਂ 5 ਮਾਂ ਦੇ 2 ਮਿਲਦੇ ਸੀ, ਉਹ ਵੀ 76 ਖਾ ਕੇ ਮਿਲਦੇ ਸੀ। ਆਪਾਂ 76 ਵੀ ਖਾਧੇ ਆ, ਨਾਲ ਕੰਮ ਵੀ ਕਰਾਇਆ। ਉਹ ਕਹਿੰਦੇ ਨਾ ਬਲਦ ਦੇ ਨਾਲ ਜੇ ਬੈਠਕਾ ਹਾਲੀ ਕੱਢਣਾ ਤਾਂ ਨਾਲ ਜੋੜਨਾ ਪੈਂਦਾ ਪਹਿਲਾਂ ਗੱਡੇ ਦੇ। ਅਸੀਂ ਜਵਾਕਾਂ ਨੂੰ ਹਾਲੀ ਨਹੀਂ ਕੱਢ ਰਹੇ, ਅਸੀਂ ਜਵਾਕਾਂ ਨੂੰ ਨਾ ਨਾ ਪੁੱਤ ਨਾ ਬਿਮਾਰ ਨਾ ਹੋ ਜੀ, ਠੰਡ 'ਚ ਨਾ ਨਿਕਲੀ, ਗਰਮੀ 'ਚ ਨਾ ਨਿਕਲੀ। ਪਹਿਲਾਂ ਵਾਲੇ ਬਜ਼ੁਰਗ ਕੀ ਸੀ ਵੀ ਉਹ ਪੌਲਾ ਦੀਂਦਾ, ਚੱਲ ਸੰਨੀ ਰਲਾ, ਪੱਠੇ ਵੱਢ ਕੇ ਲਿਆ, ਚੱਲ ਪਾਣੀ ਪਿਆ ਪਸ਼ੂਆਂ ਨੂੰ, ਚਲੋ ਅੱਜ ਬੰਦੇ ਘੱਟ ਹੈ ਨਾਲ ਹਾੜੀ ਵੜਾ, ਉਹ ਬੰਦਾ ਮਜ਼ਬੂਤ ਹੁੰਦਾ। ਆਪਾਂ ਆਪਣੇ ਤੋਂ ਜਿੰਨੀਆਂ ਮਰਜ਼ੀ ਮੁਸੀਬਤਾਂ ਆਪਾਂ ਚੱਲ ਜਾਂਗੇ, ਆਪਾਂ ਬਚਪਨ ਤੋਂ ਹੀ ਆਪਣੀ ਨੀਂਹ ਆ ਜਿਹੜੀ ਉਹ ਇੰਨੀ ਮਜ਼ਬੂਤ ਧਰੀ ਗਈ ਹੈ। ਜਿਹੜੇ ਅੱਜ ਵਾਲੇ ਹੈ ਜੇ ਕੋਈ ਖੁਦਾ ਨਾ ਖਾਸਤਾ ਵੱਡੇ ਹੋਏ ਨੂੰ ਮੁਸੀਬਤ ਪੈ ਗਈ ਤਾਂ ਖੁਦਕੁਸ਼ੀ ਕਰ ਜਾਂਦੇ, ਚੱਲ ਨਹੀਂ ਸਕਦੇ। ਇਸ ਲਈ ਹਾਲਾਤਾਂ ਨਾਲ ਬੰਦਾ ਟਕਰਾ ਕੇ ਮੈਂ ਕਹਿੰਦਾ ਹਮੇਸ਼ਾ ਸੰਘਰਸ਼ ਦੇ ਵਿੱਚੋਂ ਬੰਦਾ ਹੋ ਕੇ ਨਿਕਲਦਾ, ਪਾਰਸ ਦੀ ਬੱਟੀ ਬਣ ਕੇ ਨਿਕਲਦਾ। ਅਤੇ ਆਪਣੇ ਜਵਾਕਾਂ ਨੂੰ ਵੀ ਉਵੇਂ ਪਾਰਸ ਦੀ ਬੱਟੀ ਬਣਾਉਣਾ ਅਤੇ ਇਹਨਾਂ ਨੂੰ ਹਾਲਾਤਾਂ 'ਚ ਪਾਓ, ਦੂਰ ਨਾ ਕਰੋ, ਤਾਂ ਪੰਜਾਬ ਬਚੂਗਾ। ਕਿ ਸਾਡਾ ਤਾਂ ਸਾਡਾ ਜਨਮ ਹੀ ਉਸ ਧਰਤੀ 'ਤੇ ਹੋਇਆ ਜਿੱਥੇ ਹਮੇਸ਼ਾ ਯੁੱਧ ਦਾ ਅਖਾੜਾ ਬਣਿਆ ਰਿਹਾ, ਜੰਗਾਂ ਦੇ ਇੱਥੇ ਮੇਲੇ ਲੱਗਦੇ ਰਹੇ ਨੇ। ਬੱਚੇ ਤੱਕ ਸਾਡੇ ਸਭ ਤੋਂ ਜ਼ਿਆਦਾ ਬੱਚਿਆਂ ਦੀ ਜੇ ਸ਼ਹੀਦੀ ਦੀ ਗੱਲ ਦੇਖਾਂਗੇ ਸਭ ਤੋਂ ਛੋਟੀ ਉਮਰ ਦੇ ਤਾਂ ਸਾਡੇ ਹਿੱਸੇ ਆਈਆਂ ਨੇ ਚੀਜ਼ਾਂ, ਅਤੇ ਅਸੀਂ ਜਵਾਕਾਂ ਨੂੰ ਅੱਜ ਬਹੁਤ ਕਮਜ਼ੋਰ ਅਤੇ ਕਮਦਲ ਜੇ ਬਣਾਈ ਜਾਂਦੇ ਹਾਂ। ਤਾਂ ਮੈਨੂੰ ਹਰ ਥਾਂ ਨਾਲ ਲਿਜਾਂਦਾ ਵੀ ਯਾਰ ਤੈਨੂੰ ਪਾ ਲੱਗੇ ਤੁਹਾਨੂੰ, ਕਿਉਂਕਿ ਇਹ ਉਹ ਪੰਜਾਬ ਸਿੰਘ ਨੂੰ ਨਹੀਂ ਲਿਆਉਂਦੇ, ਉਹ ਛੋਟਾ ਥੋੜ੍ਹਾ ਜਿਹਾ 5 ਸਾਲ ਦਾ, ਉਹ ਫਿਰ ਮੈਂ ਉਹਨੂੰ ਵੀ ਲਿਆਉਣਾ ਕਈ ਥਾਂ ਤਾਂ। ਹੁਣ ਮੈਂ ਇਹਨੂੰ ਹਮੇਸ਼ਾ ਦੱਸਦਾ ਰਹਿੰਦਾ ਵੀ ਪੋਤਾ ਸੰਘਰਸ਼ ਲੱਗਿਆ, ਇੰਨੇ ਲੋਕ ਇਕੱਠੇ ਹੋਏ ਆ, ਇਹ ਕਿਉਂ ਆ, ਇਹਦਾ ਕੀ ਕਾਰਨ ਆ, ਜਾਂ ਕਿਵੇਂ ਜਿਹੜੀ ਦਿੱਲੀ ਆ ਸਾਡੀਆਂ ਜ਼ਮੀਨਾਂ ਖੋਣ ਨੂੰ ਫਿਰਦੀ ਹੈ। ਮੈਂ ਦਿੱਲੀ ਵੀ ਲਿਜਾਂਦਾ ਰਿਹਾ ਮੋਰਚੇ 'ਚ, ਕਈ ਵਾਰੀ ਗਿਆ ਮੇਰੇ ਨਾਲ ਵੀ ਪੁੱਛਦਾ ਸਵਾਲ ਕਰਦਾ ਹੈ, ਜਦੋਂ ਜਵਾਬ ਦੇ ਜਿਹਨ 'ਚ ਆਉਂਦੇ ਨਾ। ਦੇਖੋ ਇਹ ਉਹ ਉਮਰ ਹੈ, ਇਹ ਵਸਤਾ ਉਹ ਹੈ ਜਦੋਂ ਇਹ ਬਹੁਤ ਕੁਝ ਸਿੱਖ ਸਕਦਾ, ਔਰ ਜਿਹੜਾ ਹੁਣ ਸਿੱਖ ਗਿਆ ਇਹ ਸਾਰੀ ਉਮਰ ਅਸਰ ਰਹੂ ਇਹ 'ਤੇ, ਜੋ ਚੰਗਾ ਸਿਖਾ ਦਿਓ ਚਾਹੇ ਮਾੜਾ ਸਿਖਾ ਦਿਓ। ਤਾਂ ਮੈਂ ਇਹਨੂੰ ਇਤਿਹਾਸ ਨਾਲ ਕਿੰਨਾ ਕੁ ਜੁੜਦਾ ਹੈ, ਦੇਖਦਾ ਤਾਂ ਹੈ ਪਰ ਘੱਟ ਦੇਖਦਾ, ਕੋਸ਼ਿਸ਼ ਮੈਂ ਕਾਰਟੂਨ ਨੇ ਦੇਖਦਾ ਕਿ ਹੋਰ ਚੀਜ਼ਾਂ, ਗੇਮ ਗੂਮ ਜੀ ਖੇਡਦਾ ਰਹਿੰਦਾ, ਕਾਰਟੂਨ ਤਾਂ ਮੈਂ ਰੋਕਿਆ ਹੋਇਆ। ਇਹ ਵੀ ਬੜੀ ਸਾਡੇ ਕੋਲ ਤਾਂ ਐਂ ਲੈ ਲਓ ਸਾਡੇ ਕੋਲ ਕਾਰਟੂਨ ਹੀ ਨਹੀਂ ਹੈਗੇ। ਮੈਂ ਕਹਿੰਦਾ ਘੱਟੋ ਘੱਟ ਸਾਡੇ ਕੋਈ ਇਹੋ ਜਿਹੇ ਚੈਨਲ ਖੋਲ੍ਹ ਕੇ ਕਾਰਟੂਨ ਬਣਾ ਕੇ ਕੋਈ ਸਿੱਖੀ ਇਤਿਹਾਸ ਨਾਲ ਜੋੜਿਆ ਜਾ ਰਿਹਾ, ਪੰਜਾਬ ਦੇ ਇਤਿਹਾਸ ਨਾਲ ਜੋੜਿਆ ਜਾ ਸਕਦਾ, ਉਹ ਕਾਰਟੂਨਾਂ ਰਾਹੀਂ ਵੀ ਜੋੜ ਰਹੇ, ਆਪਾਂ ਉਧਰ ਵੀ ਨਹੀਂ ਜੋੜ ਰਹੇ। ਇਹ ਮੇਰੀ ਅਪੀਲ ਆ, ਬੇਨਤੀ ਆ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮਿੱਟੀ ਨਾਲ ਜੋੜੋ, ਜੜ੍ਹ ਨਾਲ ਜੋੜੋ, ਮੂਲ ਨਾਲ ਜੋੜੋ, ਸੰਘਰਸ਼ਾਂ ਨਾਲ ਜੋੜੋ। ਦੱਸੋ ਕਿ ਪੁੱਤ ਅਸੀਂ ਕਿੰਨਾ ਦੇ ਵਾਰਸ ਹੈ, ਕੀ ਸਾਡਾ ਇਤਿਹਾਸ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮੁਸ਼ਕਲਾਂ ਕੀ ਹੋਣਗੀਆਂ। ਹੁਣ ਮੈਂ ਇਹ ਰਾਤ ਨੂੰ ਮੇਰੇ ਬਿਨਾਂ ਪੈਂਦਾ ਨਹੀਂ, ਮੈਂ ਜੇ ਰਾਤ ਨੂੰ 12 ਵਜੇ ਆਵਾਂ, ਮਤਲਬ ਮੈਂ 12-1 ਵਜੇ ਆਇਆ ਰਾਤ ਨੂੰ, ਮਤਲਬ ਬਾਹਰ ਖਲਾਇਆ ਮੈਂ, ਹੈ ਨਾ, ਇਹ ਆਵਾਜ਼ ਸੁਣ ਕੇ ਬਾਹਰ ਭੱਜਿਆ ਆਉਂਦਾ। ਇਹ ਕਹਿੰਦਾ ਬਾਪੂ ਮੈਨੂੰ ਤੇਰੇ ਬਿਨਾਂ ਨੀਂਦ ਨਹੀਂ ਆਉਂਦੀ। ਫਿਰ ਮੈਂ ਦੱਸਦਾ ਹੁੰਦਾ ਪੁੱਤ, ਮੈਂ ਮੈਨੂੰ ਮੰਨ ਲਓ ਕੱਲ ਨੂੰ ਕੁਛ ਹੋ ਜਾਂਦਾ, ਜਾਂ ਮੈਨੂੰ ਚੱਕ ਕੇ ਜੇਲ੍ਹ ਸਿੱਟ ਦਿੱਤਾ ਜਾਂਦਾ, ਜਾਂ ਮੈਂ ਘਰ ਹੀ ਛੱਡ ਜਾਂਦਾ, ਫਿਰ ਹੁਣ ਤੋਂ ਉਵੇਂ ਤਰੀਕੇ ਨਾਲ ਮੈਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਨਹੀਂ, ਹਰ ਤਰ੍ਹਾਂ ਦੀ ਮੁਸ਼ਕਲ ਜਿਹੜੀ ਸਾਨੂੰ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣੀ ਹੈ, ਕਿਉਂਕਿ ਸਮਾਂ ਬੜਾ ਖਤਰਨਾਕ ਆਉਣਾ, ਖਾਸ ਕਰਕੇ ਪੰਜਾਬ ਅਤੇ ਸਿੱਖਾਂ 'ਤੇ, ਅਤੇ ਉਹਦੇ ਲਈ ਸਾਨੂੰ ਤਿਆਰ ਰਹਿਣਾ ਪੈਣਾ। ਇੱਕ ਗੱਲ ਇਹ ਬਾਪੂ ਕਹਿੰਦਾ ਤੁਸੀਂ ਡੈਡੀ, ਡੈਡ, ਪਾਪਾ, ਕਿਉਂਕਿ ਪਾਪਾ ਅਤੇ ਬਾਪੂ ਸ਼ਬਦ ਦੇ ਉੱਤੇ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਗਏ ਲੋਕ। ਨਹੀਂ ਦੇਖੋ, ਬਾਪੂ ਤੁਹਾਡਾ ਗੱਚ ਭਰਦਾ, ਹੈ ਨਾ, ਕਿੰਨੀ ਅਪਣਾਤਾ 'ਚ ਕਿੰਨਾ ਪਿਆਰ ਆ ਸਾਡੇ ਕੋਲ, ਇੰਨੇ ਕਮਾਲ ਦੇ ਲਫ਼ਜ਼ ਨੇ, ਸ਼ਬਦ ਨੇ ਜਿਨ੍ਹਾਂ 'ਚ ਇੰਨਾ
ਪਿਆਰ ਹੈ, ਮੁਹੱਬਤ ਹੈ, ਮੋਹ ਹੈ, ਆਪਣਾਪਣ ਹੈ। ਬਾਪੂ, ਬੇਬੇ, ਚਾਚਾ, ਤਾਇਆ, ਭੂਆ, ਮਾਮਾ, ਫੁੱਫੜ, ਹੈ ਨਾ, ਮਾਸੀ, ਕਿੰਨੇ ਸ਼ਬਦ ਨੇ ਉਹ ਇਹ ਸ਼ਬਦ ਤੁਹਾਡੇ ਜਵਾਕ ਇਹ ਆਂਟੀ ਅੰਕਲ 'ਤੇ ਆ ਗਏ, ਹੈ ਨਾ। ਹੁਣ ਡੈਡ ਡੈ ਪਹਿਲਾਂ ਡੈਡੀ, ਫਿਰ ਡੈਡ, ਹੁਣ ਡੈਡਾ ਡੂਡਾ ਕਹਿਣ ਲੱਗ ਗਏ, ਹੈ ਨਾ। ਇਹਨੂੰ ਮੈਂ ਛੋਟੇ ਹੁੰਦੇ ਨੂੰ ਬਾਹਲਾ ਨਹੀਂ ਸਿਖਾਇਆ, ਥੋੜ੍ਹਾ ਇੱਕ ਵਾਰ ਦੋ ਵਾਰੀ ਮੈਂ ਸਿਖਾਇਆ ਹੋਣਾ ਵੀ ਬਾਪੂ ਕਹੀਦਾ ਹੁੰਦਾ, ਪੁੱਤ ਬਾਪੂ ਕੀ, ਇਹ ਉੱਥੋਂ ਲੱਗ ਗਿਆ ਬਾਪੂ ਕਹਿਣ। ਇਹਦੇ ਮਗਰ ਮੇਰਾ ਛੋਟਾ ਜਵਾਕ ਵੀ ਬਾਪੂ ਕਹਿਣ ਲੱਗ ਗਿਆ। ਉਹ ਹੋਰ ਦੱਸਦਾ ਜਿੰਨੇ ਮੇਰੇ ਸਰਕਲ ਦੇ ਬੰਦੇ ਨੇ, ਮੇਰੇ ਮਿੱਤਰ ਪਿਆਰੇ ਨੇ, ਉਹਨਾਂ ਦੇ ਛੋਟੇ ਜਵਾਕ ਹੈ, ਉਹ ਵੀ ਬਾਪੂ ਕਹਿਣ ਲੱਗ ਗਏ। ਸਾਡੇ ਕੋਲ ਤਾਂ, ਸਾਡੀ ਬੋਲੀ ਕੋਲ ਤਾਂ ਮੈਂ ਕਹਿੰਦਾ ਇੰਨਾ ਸ਼ਬਦਾਂ ਦਾ ਭੰਡਾਰ ਪਿਆ ਕਿ ਦੁਨੀਆ ਦੀ ਕਿਸੇ ਬੋਲੀ ਕੋਲ, ਪਰ ਅਸੀਂ ਸ਼ਰਮ ਮੰਨਦੇ ਹਾਂ, ਅਸੀਂ ਉਹਨਾਂ ਬੋਲੀਆਂ ਵੱਲ ਭੱਜਦੇ ਹਾਂ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ। ਜਿਹੜੀਆਂ ਕਿੰਨੇ ਹੁਣ ਆਪਾਂ ਗੱਲ ਕਰਦੇ ਹੁੰਦੇ ਹਾਂ ਅੰਗਰੇਜ਼ੀ 'ਚ, ਕਿੰਨੇ ਸ਼ਬਦ ਚੁੱਪੀ ਨੇ, ਸਾਨੂੰ ਲੱਗਦਾ ਪੂਰਨ ਤੌਰ 'ਤੇ ਅੰਗਰੇਜ਼ੀ ਪੂਰੀ ਨਹੀਂ ਹੈਗੀ, ਪਰ ਅਸੀਂ ਉੱਧਰ ਨੂੰ ਭੱਜ ਰਹੇ ਹਾਂ। ਅਤੇ ਬੋਲੀ ਦੀ ਗੱਲ ਵੀ ਆ, ਅਤੇ ਦੂਜੀ ਗੱਲ ਮੈਂ ਹੋਰ ਕਰ ਦੇਣਾ ਚਾਹੁੰਦਾ ਆਪਣਾ ਥਲੀ, ਅਸੀਂ 14 ਤਰੀਕ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਸ਼ੁਰੂ ਕਰ ਰਹੇ ਹਾਂ। ਪੰਜਾਬ ਦੇ ਹਰ ਪਿੰਡ 'ਚ ਜਾਣਾ, ਲੋਕਾਂ ਨਾਲ ਬੈਠ ਕੇ ਵਿਚਾਰਾਂ ਕਰਨੀਆਂ, ਸਿਰ ਜੋੜ ਕੇ ਸੰਵਾਦ ਰਚਾ ਕੇ ਲੋਕਾਂ ਨੂੰ ਪੁੱਛਣਾ ਵੀ, ਦੱਸਣਾ ਵੀ ਹੈ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਿਵੇਂ ਕਰਨਾ, ਲੜਾਈ ਕਿਵੇਂ ਕਰਨੀ ਹੈ, ਅਤੇ ਪੰਜਾਬ ਨੂੰ ਕਿੰਨਾ ਮਸਲਿਆਂ ਦੇ ਇਕੱਠੇ ਹੋਣ ਦੀ ਲੋੜ ਹੈ, ਕੀ ਸਮੱਸਿਆਵਾਂ ਨੇ, ਉਹਨਾਂ ਦਾ ਹੱਲ ਕੀ ਹੈ। ਤੁਸੀਂ ਆਪ ਜਾਓਗੇ ਕਿਉਂਕਿ 13 ਨੂੰ ਤਾਂ ਦਿੱਲੀ ਜਾ ਰਹੇ ਜੀ? ਨਹੀਂ, ਉਹ ਫਰਵਰੀ ਜਾਣਾ ਨਾ। ਅੱਛਾ, ਜਨਵਰੀ ਤੋਂ ਹੀ ਕਰ ਰਹੇ ਹਾਂ ਅਸੀਂ ਆ 14 ਜਨਵਰੀ ਮਾਘੀ ਵਾਲੇ ਦਿਨ ਤੋਂ ਸ਼ੁਰੂਆਤ ਦਮਦਮਾ ਸਾਹਿਬ ਤੱਕ, ਦਮਦਮਾ ਸਮਾ ਆਪਣੇ ਤਲਵੰਡੀ ਸਾਬੋ ਤੋਂ ਸ਼ੁਰੂ ਕਰਕੇ ਅਸੀਂ ਪੂਰੇ ਪੰਜਾਬ 'ਚ ਟਰੈਕਟਰਾਂ 'ਤੇ ਜਾਣਾ, ਜਿੱਥੇ ਰਾਤ ਪੈ ਗਈ ਰੁਕਿਆ ਕਰਾਂਗੇ। ਲੋਕਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਬਾਈ, ਵੱਧ ਤੋਂ ਵੱਧ ਸਾਥ ਦਿਓ, ਸਾਡੇ ਉੱਥੇ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰੋ, ਸਾਰਾ ਸਵਾਲ ਪੁੱਛੋ ਵੀ, ਸਾਨੂੰ ਦੱਸੋ ਵੀ ਤੁਹਾਡੇ ਮਨ 'ਚ ਕੀ ਆ, ਤੁਸੀਂ ਚਾਹੁੰਦੇ ਕੀ ਆ। ਇਹ ਗੱਲ ਮੈਂ ਹੋਰ ਅਪੀਲ ਕਰਦਾ ਤੁਹਾਡੇ ਰਾਹੀਂ, ਦਾਰੂ ਛੱਡ ਦੇ ਯਾਰ, ਪੰਜਾਬ 90% ਦਾਰੂ ਪੀਂਦਾ ਹੋਣਾ ਬਾਈ। ਅੱਜ ਮੇਰੇ ਗੱਲ ਤਾਂ ਚੇਚੇ ਆ ਰਹੀ ਹੈ, ਬਹੁਤ ਬੰਦੇ ਨਾ ਪਿਛਲੇ ਮਹੀਨੇ ਡੇਢ ਮਹੀਨੇ 'ਚ ਮੈਂ ਦੇਖ ਰਿਹਾ ਥਲੀ, ਦਾਰੂ ਨਾਲ ਮਰ ਰਹੇ ਆ ਬੰਦੇ। ਅੱਥ ਨੇ ਲੋਕ ਨਾ, ਜਿਹੜੇ ਮਰਜ਼ੀ ਘਰ ਦਾ ਕੁੰਡਾ ਖੜਕਾ ਲਈ, ਤੈਨੂੰ ਦਾਰੂ ਪੀਤੀ ਵਾਲਾ ਹੀ ਮਿਲਦਾ, ਕੋਈ ਮਿਲਦਾ ਸੋਫੀ। ਇਹਦਾ ਹੁਣ ਹੋਰ ਨੁਕਸਾਨ ਹੋਰ ਭੁਗਤਣਗੇ ਲੋਕ, ਹੁਣ ਠੰਡ ਆ, ਵਿਆਹਾਂ ਦਾ ਦੌਰ ਸ਼ੁਰੂ ਹੋ ਗਿਆ, ਦਾਰੂ ਪੀ ਲੈਂਦੇ ਆ ਵਿਆਹ 'ਚ, ਫਿਰ ਗੱਡੀ ਸਾਰਾ ਟੱਬਰ ਲੱਦ ਲੈਂਦੇ ਆ, ਜਿੱਦ ਕਰਦਾ ਡਰਾਈਵਰ ਮੈਂ ਚਲਾਊਂ, ਗਾਹਾਂ ਜਾ ਕੇ ਲੈ ਕੇ ਕਿਸੇ ਟਾਹਲੀ 'ਚ ਮਾਰਦੇ ਆ ਕਿ ਟਰੱਕ ਥੱਲੇ ਵਾੜ ਦਿੰਦੇ ਆ ਅਤੇ ਸਾਰਾ ਟੱਬਰ ਮਾਰ ਦਿੰਦੇ ਆ। ਤੁਸੀਂ ਆਪ ਤਾਂ ਮਰਨਾ, ਦੂਜਿਆਂ ਨੂੰ ਕਿਉਂ ਮਾਰਦੇ ਆ? ਇਹ ਗੱਲਾਂ ਦਾ ਖਾਸ ਖਿਆਲ ਰੱਖੋ ਮੇਰਾ ਵੀਰ। ਮੈਂ ਅੱਜ ਦੇਖ ਰਿਹਾ ਵੀ ਜਿੰਨੇ ਬੰਦੇ ਸਾਡੇ ਦਾਰੂ ਨਾਲ ਮਰ ਰਹੇ ਆ, ਉਹਨੇ ਚਿੱਟੇ ਨਾਲ ਨਹੀਂ ਮਰ ਰਹੇ। ਮੇਰਾ ਇੱਕ ਮਿੱਤਰ ਆ ਮੁੰਡਾ ਢਵਾਲੀ ਪਿੰਡ ਤੋਂ, ਮੈਂ ਨਾਂ ਤਾਂ ਨਹੀਂ ਲਊਂਗਾ, 20-21 ਸਾਲ ਦੀ ਉਮਰ ਆ ਉਹਦੀ, ਦਾਰੂ ਪੀਣ ਲੱਗ ਗਿਆ 20-21 ਸਾਲ ਦੀ ਉਮਰ। ਕਿੰਨੀ ਕੁ ਹੈ? ਪਹਿਲਾਂ ਹੱਥ ਨਹੀਂ ਪੀਂਦਾ ਸੀ, ਫਿਰ ਤੜਕਿਓਂ ਪੀਣ ਲੱਗ ਗਿਆ, ਤੜਕੇ ਪੀਂਦਾ ਪੀਂਦਾ ਪੈਂਕਰੀਆਸ ਹੁੰਦੀ ਜਿਹੜੀ ਇਹ ਖਤਮ ਹੋ ਗਈ, ਡਾਇਲਸਿਸ ਹੋ ਕੇ DMC ਦਾਖਲ ਰਿਹਾ ਕਈ ਦਿਨ, ਹੁਣ ਘਰ ਆਇਆ। ਇਕੱਲਾ ਪੁੱਤ ਹੈ, 15-16 ਕਿੱਲਿਆਂ ਦਾ ਮਾਲਕ ਹੈ, ਮਾਂ ਪਿਓ ਜਾਂ ਰੋਂਦੇ ਨਹੀਂ, ਝੱਲੇ ਜਾਂਦੇ ਮਗਰੋਂ। ਲੋਕਾਂ ਦੀ ਫਿਕਰ ਤਾਂ ਬਾਈ ਸਰਕਾਰ ਨੂੰ ਕਰਨੀ ਚਾਹੀਦੀ, ਠੇਕੇ ਤਾਂ ਥੋਂ ਥੋਂ ਖੋਲ੍ਹੇ ਹੋਏ ਆ ਘਰ। ਮੈਨੂੰ ਲੱਗਦਾ ਕਿਤੇ ਉਹ ਜੋਮੈਟੋ ਵਾਲਿਆਂ ਨੂੰ ਨਾ ਕਿਤੇ ਕਹਿ ਦੇਣ ਇਹ, ਜਾਂ ਉਹ ਜਿਹੜੇ ਦੂਜੇ ਚੱਲਦੇ ਆ ਜੀ, ਵੀ ਭਾਈ ਦਾਰੂ ਵੀ ਤੁਸੀਂ ਵੰਡਦੇ ਕਰੋ ਘਰ ਘਰ। ਮੈਂ ਅਪੀਲ ਕਰਦੇ ਹਾਂ ਪੰਜਾਬ ਦੀ ਜਵਾਨੀ ਨੂੰ ਇੱਕ ਇੱਥੇ ਕਿ ਤੁਸੀਂ ਤਾਂ ਕਿਸੇ ਚਿੱਟੇ ਨਾ ਮਰ ਗਏ, ਟੀਕਾ ਲਾ ਕੇ ਮਰ ਗਏ, ਤੁਸੀਂ ਦਾਰੂ ਪੀ ਕੇ ਮਰ ਗਏ, ਤੁਹਾਡੀ ਜਾਨ ਛੁੱਟ ਜਾਂਦੀ ਹੈ। ਪਰ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਜਿਹੜੇ ਪਿਓ ਨੂੰ ਇਹ ਆਸਾਂ ਹੁੰਦੀਆਂ ਕਿ ਮੇਰਾ ਪੁੱਤ ਜਵਾਨ ਹੋ ਗਿਆ, ਗੱਭਰੂ ਹੋ ਗਿਆ, ਅਤੇ ਹੁਣ ਮੇਰਾ ਸਹਾਰਾ ਬਣੂਗਾ, ਮੇਰੇ ਬੁਢੇਪੇ ਦਾ ਸਹਾਰਾ ਬਣੂਗਾ, ਡੰਗੋਰੀ ਫੜੂਗਾ ਮੇਰੀ, ਅਤੇ ਇੱਕ ਮਾਂ ਜਿਹੜੀ ਬੜੇ ਸਧਰਾਂ ਚਾਵਾਂ ਨਾਲ ਬੱਚੇ ਨੂੰ ਪਾਲਦੀ ਆ, 9 ਮਹੀਨੇ ਪੇਟ 'ਚ ਰੱਖ ਕੇ ਦੁੱਖਾਂ ਤਕਲੀਫਾਂ ਤੋਂ ਬਾਅਦ, ਉਹਨੂੰ ਵੀ ਬੜੇ ਚਾਅ ਹੁੰਦੇ ਆ ਕਿ ਮੇਰਾ ਪੁੱਤ ਵੱਡਾ ਹੋ ਗਿਆ, ਮੇਰੀ ਧੀ ਵੱਡੀ ਹੋ ਗਈ, ਮੈਂ ਹੁਣ ਵਿਆਹ ਕਰੂੰਗੀ, ਹੈ ਨਾ,
ਸਾਰੇ ਆਪਣੇ ਸੁਪਨੇ ਪੂਰੇ ਕਰੂੰਗੀ, ਉਹਨਾਂ ਦਾ ਸਾਰਾ ਕੁਛ ਤਬਾਹ ਹੋ ਜਾਂਦਾ ਬਈ ਉਦੋਂ ਬਾਅਦ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਆਹ ਮੈਂ ਤਾਂ ਇਹ ਗੱਲ ਸੁਣਾਈ ਹੈ ਕਿਉਂਕਿ ਮੇਰੇ ਨੇੜਲੇ ਮਿੱਤਰਾਂ ਨੇ ਹਾਦਸੇ ਵਾਪਰਿਆ ਕੁਛ ਪਿਛਲੇ ਦਿਨਾਂ ਦੇ ਵਿੱਚ, ਜਿਨ੍ਹਾਂ ਦੇ ਨੌਜਵਾਨ ਮੁੰਡੇ ਮਰੇ ਆ। ਉਦੋਂ ਦੁੱਖ ਲਾ, ਇਕੱਲਾ ਇਕੱਲਾ ਜਵਾਕ ਹੈ, ਇਹ ਵੀ ਅਸੀਂ ਗਲਤ ਪਿਰਤ ਪਾ ਲਈ, ਇੱਕ ਜਵਾਕ 'ਤੇ ਰਹਿ ਗਏ, ਥਲੀ ਜਵਾਕ ਇੱਕੋ ਜੰਮਣ ਲੱਗ ਗਏ, ਜ਼ਮੀਨਾਂ ਨਾਲ ਘੱਟ ਜਾਣ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਦਾਂ ਬਾਹਰ ਵੱਗ ਗਿਆ, ਜਾਂ ਉਹਦੀ ਮੌਤ ਹੋ ਜਾਂਦੀ ਹੈ, ਜਾਂ ਕੋਈ ਹੋਰ ਗੱਲਬਾਤ ਹੋ ਜਾਂਦੀ ਹੈ, ਜਾਂ ਅਸੀਂ ਡਰਦੇ ਰਹਿੰਦੇ ਵੀ ਇਕੱਲਾ ਜਵਾਕ ਆ, ਛੱਡ ਪਰ ਯਾਰ ਘਰੋਂ ਬਾਹਰ ਨਿਕਲਦਾ ਨਾਲ ਨਾਲ ਮਗਰ ਫੋਨ ਕਰਨ ਲੱਗ ਜਾਂਦੇ ਹਾਂ, ਹੈ ਨਾ। ਤਾਂ ਇਹ ਮੇਰੀ ਅਪੀਲ ਆ, ਬੇਨਤੀ ਆ ਸਾਰਿਆਂ ਨੂੰ ਵੀ ਬਾਈ ਜਵਾਕ ਇੱਕ ਨਾ ਰੱਖੋ। ਇਹ ਗੱਲ 'ਚ ਨਾ ਆਪਾਂ ਪੱਗੇ ਵੀ ਸ਼ੇਰਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ, ਕਈ ਵਾਰੀ ਕਤੀੜ ਇਕੱਠੇ ਹੋ ਕੇ ਸ਼ੇਰ ਨੂੰ ਘੇਰ ਕੇ ਮਾਰ ਵੀ ਦਿੰਦੇ ਆ। ਇਹ ਸਾਡੇ ਇਹ ਪੱਖ ਤੋਂ ਵੀ ਆਪਾਂ ਧਿਆਨ ਦੇਗੇ, ਜਿੰਨੇ ਵੱਧ ਹੋਣਗੇ ਕੋਈ ਗੱਲ ਨਹੀਂ, ਜ਼ਮੀਨਾਂ ਉਨੀਆਂ ਹੀ ਬਣਾ ਲੈਣਗੇ ਜਿੰਨੇ ਕਮਾਈ। ਅੱਗੇ ਕੀ ਸੀ, 70 ਦਾ, 60 ਦਾ, 80 ਦਾ ਜਿਹੜਾ ਦੌਰ ਆ, ਉਹ ਦੌਰ 'ਚ ਕਿਸੇ ਦੇ 4 ਮੁੰਡੇ ਆ, ਕਿਸੇ ਦੇ 5 ਮੁੰਡੇ ਆ, ਕਿਸੇ 7 ਜਵਾਕ ਹੈ, 2 ਕੁੜੀਆਂ, 4 ਮੁੰਡੇ, ਇੰਨੇ ਇੰਨੇ ਜਵਾਕ ਆ ਲੋਕਾਂ ਦੇ। ਹੁਣ ਆਹ ਜਿਹੜਾ ਚੱਲਿਆ ਦੌਰ 2000 ਤੋਂ ਬਾਅਦ, ਜੇ ਪਹਿਲਾ ਮੁੰਡਾ ਹੋ ਗਿਆ ਦੂਜਾ ਲੈਣਾ ਹੀ ਨਹੀਂ। ਇੱਕ ਬਿਮਾਰੀ ਹੋਰ ਤੁਹਾਨੂੰ ਦੱਸ ਦਿੰਦਾ, ਹੁਣ ਆਹ ਸੁਣ ਲਓ ਗੱਲ। ਮੈਂ ਅੱਜ ਹੀ ਤੜਕੇ ਮੇਰੇ ਪਿੰਡੋਂ ਡੈਰੀ ਤੋਂ ਖੜ ਗਿਆ ਮੈਂ ਉੱਥੇ ਦੁੱਧ ਵਾਲੇ ਮੁੰਡਾ, ਮੇਰੇ ਪਿੰਡ ਦਾ ਬੱਗਾ ਮੁੰਡਾ, ਉਹ ਕਹਿੰਦਾ ਬਾਈ ਮੇਰੇ ਸੈਂਪਲ ਫੇਲ ਹੋਣ ਲੱਗ ਗਏ ਦੁੱਧ ਦੇ। ਮੈਂ ਕਾਰਨ ਕੀ, ਉਹ ਕਹਿੰਦਾ ਉੱਲੀ ਲਾਉਣ ਲੱਗ ਗਈ ਦੁੱਧ ਦੀ। ਆਹ 4 ਉੱਲੀ ਲਿਆ ਰਿਹਾ, ਉੱਲੀ ਦੇ ਨਾਲ ਤੁਹਾਨੂੰ ਕੈਂਸਰ ਦਾ ਰੋਗ ਵੱਟਦੇ ਪਿਆ। ਇਹ ਮੈਨੂੰ ਗਾਲਾਂ ਬਹੁਤ ਕੱਢੀਆਂ ਜਦੋਂ ਪਿੱਛੇ ਮੈਂ ਇੱਕ ਵੀਡੀਓ ਪਾਈ ਸੀ, ਮੈਂ ਕਿਹਾ 4 ਹੈ, 4 ਮੱਕੀ ਦਾ, ਮੈਂ ਕਿਹਾ ਨਾ ਪਾਓ ਇਹ ਮਾੜਾ ਮਾੜਾ। ਹੁਣ ਜਿਹਦਾ ਚਲੋ ਰੱਖੇ ਆ ਕੋਈ 20-25 ਕੋਈ ਪਸ਼ੂ ਰੱਖੇ ਆ, ਕੋਈ ਡੈਰੀ ਖੋਲ੍ਹੀ ਆ, ਉਹ ਤਾਂ ਮੰਨ ਲਿਆ ਮਜਬੂਰੀ ਹੈ। ਜਿਹੜਾ ਡੂਢ ਖੋਲ੍ਹਾ ਉਹ ਵੀ 4 ਪਾਉਣ ਦਾ, ਵੱਢਣ ਦਾ ਮਾਰਾ ਹੈ ਨਹੀਂ। ਮੈਂ ਕਹਿੰਦਾ ਮੰਨ ਲਿਆ ਮੈਂ, ਹਰ ਚੀਜ਼ ਮੈਂ ਹਾਈ, ਮੈਂ ਮੰਨ ਲਿਆ। ਜਾਨ ਨਾਲੋਂ ਮਹਿੰਗੀ ਚੀਜ਼ ਕਿਹੜੀ ਆ? ਜੇ ਤੁਹਾਡੀ ਜਾਨ ਨਾ ਬਚੀ, ਤੁਸੀਂ DMC ਜਾਓ, 7 ਸਾਲ ਦੇ ਜਵਾਕ ਕੈਂਸਰ ਨਾਲ ਪੀੜਿਤ ਨੇ, ਸ਼ੂਗਰ ਨਾਲ ਪੀੜਿਤ ਨੇ, ਜਿਉਂਦੇ ਜਵਾਕ ਸਾਡੇ ਅਪਾਹਜ ਪੈਦਾ ਹੋ ਰਹੇ ਹੈ, ਅਸੀਂ ਤਾਂ ਜ਼ਹਿਰ ਖਾ ਰਹੇ ਹਾਂ ਯਾਰ। ਅਸੀਂ ਇੱਧਰੋਂ ਵੀ ਨਹੀਂ ਧਿਆਨ ਦੇ ਰਹੇ ਵੀ ਅਸੀਂ ਭਾਈ ਘੱਟੋ ਘੱਟ ਸਾਡੇ ਕੋਲ ਆਪਣੀਆਂ ਜਿੰਨੀਆਂ ਜੋਗਰੀਆਂ ਜ਼ਮੀਨਾਂ ਹੈਗੀਆਂ, ਕੋਈ ਕਨਾਲ 2 ਕਨਾਲ 'ਚ ਆਪਣੇ ਜੋਗਰਾ ਕੋਈ ਪੱਠੇ ਬੀਜ ਲਓ, ਕੋਈ ਆਪਣੇ ਜੋਗਰੀ ਕਣਕ ਬਿਨਾਂ ਰਿਹਾ ਸਪਰੇਆਂ ਵਾਲੀ ਲਾ ਲਓ, ਕੋਈ ਦਾਲ ਸਬਜ਼ੀ ਲਾ ਲਓ, ਕੋਈ ਗੰਨੇ ਬੀਜ ਲਓ। ਅਸੀਂ ਮੇਰੀ ਨਾ ਪਰਸੋਂ 10 ਦਿਨ ਪਹਿਲਾਂ ਨਾ ਥੋੜ੍ਹੀ ਆਸਟ੍ਰੇਲੀਆ ਗੱਲ ਹੋਈ ਮੇਰੇ ਕਿਸੇ ਮਿੱਤਰ ਨਾਲ, ਉਹ ਕਹਿੰਦਾ ਬਾਈ 100 ਰੁਪਏ ਕਿਲੋ ਗੁੜ, ਜਿੰਨਾ ਵੀ ਤੁਹਾਡਾ 1 ਨੰਬਰ ਦਾ ਗੁੜ ਚਾਹੀਦਾ, ਪਰ 100 ਰੁਪਏ ਕਿਲੋ ਹੀ ਇੱਥੋਂ ਚੱਕ ਲਾਂਗੇ ਆ ਕੇ। ਅਸੀਂ ਕਿਉਂ ਨਹੀਂ ਉਹ ਕਿੱਤੇ ਬਣਾਉਂਦੇ, ਸਬਜ਼ੀ ਦਾ ਕਿੱਤਾ, ਕੋਈ ਗੁੜ ਦਾ ਘਲਾੜਾ ਲਾ ਲਓਗੇ, ਘਲਾੜੇ ਲੱਗੇ ਹੁੰਦੇ ਹਰ ਬੰਦੇ ਦੇ ਘਰੇ, ਅੱਗੇ ਗੁੜ ਹੁੰਦਾ ਆਪੋ ਆਪ, ਕੋਈ 2 ਕਨਾਲਾਂ, ਕੋਈ ਕਨਾਲ, ਕੋਈ 4 ਕਨਾਲਾਂ ਬੰਦੇ ਦੇ ਕਮਾਦ ਲਾਇਆ ਹੁੰਦਾ। ਜਾਣੀ ਇਹ ਚੀਜ਼ਾਂ ਜਿੱਥੇ ਸਾਨੂੰ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਹੈ ਵੀ ਜੇ ਅਸੀਂ ਬਚਣਾ ਤਾਂ ਸਾਨੂੰ ਕੁਦਰਤੀ ਬਿਨਾਂ ਰਿਹਾ ਸਪਰੇਹਾਂ 'ਤੇ ਆਉਣਾ ਪੈਣਾ, ਉੱਧਰ ਨੂੰ ਮੁੜਨਾ ਪੈਣਾ। ਤੂੰ ਅੱਜ ਤੋਂ ਥਲੀ 40 ਸਾਲ ਪਹਿਲਾਂ ਜਾ ਉੜਾ, ਅਸੀਂ ਸਾਡੇ ਬਜ਼ੁਰਗ ਮੰਡੀ ਦੇ ਵਿੱਚੋਂ 2 ਚੀਜ਼ਾਂ ਮੁੱਲ ਖਰੀਦਦੇ ਸੀ, ਇੱਕ ਤਾਂ ਨੂਨ ਵਾਲੀ ਥੈਲੀ ਅਤੇ ਇੱਕ ਚਾਹ ਪੱਤੀ, ਤੀਜੀ ਚੀਜ਼ ਅਸੀਂ ਖਰੀਦਣੀ ਸੀ। ਕੁੱਲ ਦਾਲ ਸਬਜ਼ੀ ਮਸਾਲੇ, ਅੱਗ ਵੀ ਸਾਡੀਆਂ ਬੁੜੀਆਂ ਪਾਥੀ ਹਾਰੇ 'ਚ ਦੱਬ ਦਿੰਦੀਆਂ ਸੀ, ਤੜਕੇ ਉਹੀ ਕੱਢ ਕੇ ਅੱਗ ਬਾਲ ਲੈਂਦੀਆਂ ਸੀ, ਅਸੀਂ ਡੱਬੀ ਵੀ ਨਹੀਂ ਲੈਂਦੇ ਸਿੱਖਾਂ ਦੀ। ਅੱਜ ਅਸੀਂ ਸਾਨੂੰ ਇਹ ਕਾਰਪੋਰੇਟਾਂ ਨੇ ਕੁੱਲ ਚੀਜ਼ ਨਿਰਭਰ ਕਰਤਾ ਬਾਜ਼ਾਰਾਂ 'ਤੇ, ਇਹੀ ਤਾਂ ਸਕੀਮ ਆ ਵੀ ਜ਼ਮੀਨਾਂ 'ਚੋਂ ਕੱਢ ਕੇ। ਹੁਣ ਅੱਜ ਇੱਕ ਆਮ ਗੱਲ ਪ੍ਰਚਲਿਤ ਕੀਤੀ ਜਾ ਰਹੀ ਹੈ, ਖੇਤੀ ਜੀ ਮੁਨਾਫੇ ਦਾ ਧੰਦਾ ਨਹੀਂ ਰਿਹਾ, ਇਹਦਾ ਜੀ ਘੱਟ ਖੇਤੀ 'ਚ ਕੀ ਰੱਖਿਆ, ਖੇਤੀ ਆਮ ਹੀ ਗੱਲ ਆ। ਇਸੇ ਕਰਕੇ ਸਾਡੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਖੇਤੀ 'ਚੋਂ ਕੱਢ ਕੇ
ਤੇ ਮੇਰੀ ਗੱਲ ਯਾਦ ਰੱਖੀ, ਜਿੱਦੇ ਆ ਜ਼ਮੀਨਾਂ ਖੋਲ ਗਈਆਂ ਇਹਨਾਂ ਲੋਕਾਂ ਤੋਂ, ਇਹਨਾਂ ਕਾਰਪੋਰੇਟਰ ਨੇ 50-50 ਹਜ਼ਾਰ ਏਕੜ ਦੇ ਬਣਾ ਲਏ ਇੱਥੇ ਫਾਰਮ, ਉਦੇ ਦੇਖੀ ਵੀ ਸਾਡੇ ਲੋਕਾਂ ਨੂੰ ਗਿੱਠਥਾਂ ਨਹੀਂ ਭਾਲੀ ਇੱਥੇ ਆਉਣੀ ਜਿਹੜੇ ਵੇਚ ਵਿੱਚ ਭੱਜ ਰਹੇ ਆ। ਕਿਉਂਕਿ ਆਉਣ ਵਾਲਾ ਸਮਾਂ ਜਿਹੜੀ ਜੰਗ ਹੋਣੀ ਆ ਦੁਨੀਆ ਦੀ, ਸੰਸਾਰ ਜੰਗ, ਉਹ ਭੋਜਨ ਅਤੇ ਪਾਣੀ ਕਰਕੇ ਹੋਣੀ ਹੈ, ਅਤੇ ਭੋਜਨ ਅਤੇ ਪਾਣੀ ਸਾਡੇ ਕੋਲ ਸਭ ਤੋਂ ਵਾਧੂ ਹੈ। ਜਿਹੜਾ ਪਾਣੀ ਸਾਡਾ ਹਿਮਾਚਲ ਤੋਂ ਮੋੜ ਕੇ ਲੈ ਗਏ ਅੱਜ, ਇਹੀ ਪਾਣੀ ਲਿਆਉਣਗੇ ਇੱਥੇ ਦਰਿਆਵਾਂ ਦਾ, ਜਿਹਦੇ ਜ਼ਮੀਨਾਂ ਸਾਡੇ ਕੋਲੋਂ ਖੋਲ੍ਹਗਾ। ਪਰ ਸਾਡੇ ਲੋਕ ਨਾ ਅੱਡੀਆਂ ਚੱਕ ਕੇ ਫਾਹਾ ਬਹੁਤ ਲੈਂਦੇ ਆ, ਕਿੱਲਾ ਡੂੜ ਹੁੰਦਾ, ਕਿੱਲੇ ਢਾਈ ਹੁੰਦੇ ਆ, ਟਰੈਕਟਰ ਜੌਂਡੀਅਰ, ਟਰੈਕਟਰ ਵੱਡਾ ਸਵਰਾਜ, ਅਰਜਨ ਕਰਜੇ ਚੱਲੇ ਹੀ, ਤੂੰ ਬੰਬ ਕੱਢਤੀ ਆ, ਮੇਰੀ ਗੱਲ ਸੁਣ ਲਾ, ਮੈਂ ਇੱਕ ਮਿੰਟ ਖੜ ਜਾ ਯਾਰ, ਇੱਕ ਮਿੰਟ, ਮੈਂ ਨਾ ਤੇਰੀ ਸੁਣੀ ਸੀ ਗੱਲ ਇੰਟਰਵਿਊ, ਵੀ ਤੂੰ ਤੂੰ ਆਖਿਆ ਖਹਿਰੇ ਬਦਲੇ, ਵੀ ਅਸੀਂ ਤੁਰਨਾ ਪਿੰਡਾਂ 'ਚ, ਅਸੀਂ ਤੇਰਾ ਸਵਾਗਤ ਕਰਾਂਗੇ ਪਿੰਡ ਆਏ ਦਾ, ਠੀਕ ਹੈ ਨਾ, ਮੰਨੀ ਵਾਲਾ ਪਿੰਡ ਅਤੇ ਮੁਕਤਸਰ ਪਿੰਡ, ਰਾਤ ਸਾਡੇ ਕੋਲ ਰਹੀ, ਇੱਕ ਹੀ ਬੰਦਾ ਜਿਹੜਾ ਤੂੰ ਬੋਲਦਾ ਸੱਚ, ਬਾਕੀ ਮਰ ਗਏ ਕਾਂਗਰਸ ਹੀ ਮਰ ਗਏ, ਅਤੇ ਮਾਣ ਵੀ ਮਰ ਗਿਆ ਜਿਹੜਾ ਹੁਣ ਆਇਆ ਭੈਣ ਸਾਨੂੰ ਮਗਰ ਲਾ ਕੇ, ਅਤੇ ਬਾਦਲ ਤਾਂ ਪਹਿਲਾਂ ਮਰਿਆ ਸੀ, ਇਹਨਾਂ ਸਾਨੂੰ ਵੈਰੀ ਗੁੱਡ, ਧੰਨਵਾਦ ਜਿਹੜਾ ਤੂੰ, ਮੈਂ ਨਾ ਧਰਮਣਾ ਦਾ ਵੈਰੀ ਗੁੱਡ, ਮੈਂ ਤੇਰੇ ਨਾਲ ਅਸੀਂ ਜੇ ਦਿਲੋਂ ਦਿਲੋਂ ਤੁਰਾਂਗੇ ਦਿਲੋਂ, ਠੀਕ ਹੈ ਨਾ, ਜਿਹੜਾ ਤੂੰ ਖੈਰੇ ਲਈ ਬੋਲਿਆ, ਪਿੰਡ ਮਰਦ ਇੱਕ ਹੀ ਮਰਦ ਰਹੇਗਾ ਪੰਜਾਬ 'ਚ ਯਾਰ, ਬਾਕੀ ਮਰ ਗਏ ਸਾਰੇ, ਹਾਂ ਮਰੇ ਨੇ, ਇਸ ਟਾਈਮ ਮਰ ਚੁੱਕੇ ਨੇ, ਕਾਂਗਰਸ ਮਰ ਗਈ, ਉਹ ਪਾਰਟੀਆਂ ਮਰ ਗਈਆਂ ਸਾਰੀਆਂ, ਹਾਂ ਸਾਰੇ ਸਾਰੇ ਵਕਾਊ ਨੇ, ਬਸ ਅਸੀਂ ਚੱਲੇ ਹਾਂ, ਚੰਗਾ ਜੀ, ਚੰਗਾ ਭਾਈ, ਮਿਹਰਬਾਨੀ, ਮਿਲਦੇ, ਮੈਂ ਸਾਰੇ ਪੰਜਾਬ 'ਚ ਹੀ ਆਉਣਾ, ਬਿਲਕੁਲ ਇਹ ਸੀ, ਮੈਂ ਗੱਲ ਕਰਦਾ ਸੀਗਾ ਅੱਡੀਆਂ ਚੱਕ ਕੇ ਫਾਹਾ ਨਾ ਲਓ, ਮੈਂ ਗੱਲ ਕਰੀ ਆ ਇੱਕ 2-2 ਕਿੱਲਿਆਂ ਵਾਲੇ ਐਡੇ ਐਡੇ ਮਹਿੰਗੇ ਟਰੈਕਟਰ ਲਈ ਜਾਂਦੇ ਆ, ਵਿਆਹਾਂ ਤੇ ਖਰਚਾ, ਭੋਗਾਂ ਤੇ ਖਰਚਾ, ਮੈਂ ਬਰਨਾਲੇ ਵਿਆਹ ਗਿਆ, ਮਹਿਲਕਲਾਂ ਦੇ ਬੰਦੇ ਦਾ ਵਿਆਹ ਸੀ, 30-40 ਕਿੱਲੇ ਪੈਲੀ ਆ ਬੰਦੇ ਕੋਲੇ, ਮੈਂ ਵੈਸੇ ਪੁੱਛਣ ਲੱਗ ਗਿਆ, ਮੈਂ ਬਾਈ ਕਿੰਨਾ ਖਰਚਾ ਆਜੂ, ਕਹਿੰਦਾ 60 ਲੱਖ ਰੁਪਇਆ ਖਰਚਾ, 60 ਲੱਖ ਰੁਪਇਆ ਖਰਚਾ ਵਿਆਹਾਂ ਦੇ ਉੱਤੇ ਯਾਰ, 5-7 ਪ੍ਰਕਾਰ ਦੀ ਮੱਛੀ ਉੱਥੇ, ਅਤੇ 5-7 ਪ੍ਰਕਾਰ ਦਾ ਹੋਰ ਮੀਟ ਮੂਟ ਚਲਾਇਆ, ਮੈਂ ਕਿਹਾ ਬਾਈ 60 ਲੱਖ, 2 ਕਿੱਲਿਆਂ ਦੀ ਕੀਮਤ ਤੂੰ ਇੱਕ 5 ਘੰਟਿਆਂ 'ਚ ਲਾ ਤੀ, ਇਹਦਾ ਫਾਇਦਾ ਤਾਂ ਕੋਈ ਹੋਇਆ ਨਹੀਂ। ਕਈ ਵਾਰ ਫਿਰ ਬਾਅਦ ਦੇ ਵਿੱਚ ਬਾਈ ਫੋਨ ਕਰਦੇ ਆ ਵੀ ਹੁਣ ਤਲਾਕ ਕਰਵਾ ਦਿਓ, ਉਹ ਤਾਂ ਇਹੀ ਜਿਹੀ ਨਿਕਲ ਗਈ, ਜਿਹੜੇ ਤਕੜੇ ਜਿਹਨਾਂ ਕੋਲ ਸਰਦੇ ਵਰਦੇ ਆ ਉਹ ਗਾਹਾਂ ਬੰਝ ਕੱਢ ਜਾਂਦੇ ਆ, ਜਿਹੜੇ ਵਿਚਾਰੇ ਮਹਾਤੜ ਆ ਉਹਨਾਂ ਨੂੰ ਵੀ, ਉਹ ਦੇਖੋ ਦੇਖ ਚਾਹੇ 1/2 ਕਿੱਲਾ ਧਰਨਾ ਪੈ ਜੇ ਕਿੱਲਾ, ਉਹ ਦੇਖੋ ਦੇਖ ਹੀ ਖਰਚਾ ਕਰ ਦਿੰਦੇ ਮੁੰਡੇ ਦੇ ਕੁੜੀ ਦੇ ਵਿਆਹ ਦੇ ਉੱਤੇ। ਦੂਜੀ ਗੱਲ ਇੱਕ ਹੋਰ ਸੁਣ ਲਾ, ਮੈਂ ਆਪਣੇ ਪਿੰਡ ਦੀ ਸੁਣਾਉਣਾ, ਮੇਰੇ ਪਿੰਡ ਮੁੰਡੇ ਨੇ ਘਰ ਪਾਇਆ, ਘਰ ਪਾਇਆ 3 ਕਰਾਲਾਂ ਜ਼ਮੀਨ ਵੇਚ ਕੇ, ਮੈਂ ਕਿਹਾ ਕੀ ਤਰ੍ਹਾਂ ਧਰਿਆ ਪਿਆ ਸੀ ਉਹ 3 ਕਰਾਲਾਂ ਜ਼ਮੀਨ ਕਿਉਂ ਵੇਚੀ, ਘਰ ਤੈਨੂੰ ਕੋਈ ਕਮਾਈ ਦੇਊਗਾ, ਇੱਟਾਂ ਖੜੀਆਂ ਕਰਤੀਆਂ ਜ਼ਮੀਨ 'ਚੋਂ, ਤੂੰ 3 ਕਰਾਲਾਂ 'ਚ ਕੁਛ ਨਾ ਕੁਛ ਕਮਾਉਂਦਾ। ਇਹ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਵੀ ਜਿੰਨਾ ਸਾਦਾ ਜੀਵਨ ਰੱਖੋਗੇ, ਕੱਖ ਨਹੀਂ ਰੱਖਿਆ ਫੁਕਰ ਆਪਣੇ 'ਚ, ਜਿੱਡਾ ਮਰਜ਼ੀ ਬ੍ਰਾਂਡ ਪਾਈ ਫਿਰੋ, ਇਹ ਬੰਦੇ ਦੇ ਕਿਰਦਾਰ ਬੋਲਦੇ ਹੁੰਦੇ, ਬ੍ਰਾਂਡ ਨਹੀਂ ਬੋਲਦੇ ਹੁੰਦੇ, ਕਿਰਦਾਰ ਉੱਚੇ ਤੇ ਸੁੱਚੇ ਕਰੋ ਤਾਂ ਤੁਹਾਡੀ ਜ਼ਿੰਦਗੀ ਸੌਖੀ ਹੋਣੀ ਹੈ ਬਾਈ। ਨਾਲੇ ਬ੍ਰਾਂਡ ਤਾਂ ਬਾਈ ਸਾਨੂੰ ਪਰਮਾਤਮਾ ਨੇ ਬਣਾ ਕੇ ਦਿੱਤਾ, ਬਿਲਕੁਲ ਬਿਲਕੁਲ, ਆਹ ਬ੍ਰਾਂਡ ਹੀ ਹੈ, ਦਸਤਾਰਾਂ ਬ੍ਰਾਂਡ ਨੇ, ਤੁਹਾਡਾ ਹੁਲੀਆ, ਤੁਹਾਡਾ ਜਿਹੜੀ ਪਛਾਣ ਹੈ ਦੁਨੀਆ 'ਚ ਬ੍ਰਾਂਡ ਹੈ, ਦੁਨੀਆ ਤੁਹਾਨੂੰ ਖੜ ਖੜ ਦੇਖਦੀ ਹੈ, ਇਦੂ ਵੱਡਾ ਬ੍ਰਾਂਡ ਕੀ ਹੋਊਗਾ, ਪਰ ਇਹਨੂੰ ਸੰਭਾਲ ਕੇ ਰੱਖੋ। ਬਿਲਕੁਲ, ਸੋ ਅਸੀਂ ਲੱਖਾਂ ਸਧਾਣਾ ਜਿਹੜੇ ਬਰਨਾਲਾ ਕਿਸਾਨਾਂ ਦੀ ਰੈਲੀ ਦੇ ਵਿੱਚ ਆਏ ਨੇ, ਉਹਨਾਂ ਦੇ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।